है न्यूज़ टेक अवे सेगमेंट ਦਾ ਵਾਸੂ ਕੁਮਾਰ ਜੀ ਸਟੂਡੀਓ ਚ ਆ ਗਏ ਨੇ ਵਾਸੂ ਜੀ ਗੁੱਡ ਮਾਰਨਿੰਗ ਵਿਜੇ ਜੀ ਗੁੱਡ ਮਾਰਨਿੰਗ ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ ਹੋਰ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾ ਗਿੱਲਾ ਸਿਲਾ ਜਾਂ ਮੌਸਮ ਹੋ ਗਿਆ ਤੇ ਜੇ 4 ਦਿਨਾਂ ਦੀ ਛੁੱਟੀ ਕਈਆਂ ਦੀ 4 ਦੀ ਸਾਰਿਆਂ ਦੀ 4 ਦਿਨਾਂ ਛੁੱਟੀ ਨਹੀਂ ਆ ਪਰ ਚਾਰੋਂ ਦਿਨ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣਾ ਮੰਗਲਵਾਰ ਤੱਕ ਇਨਫੈਕਟ ਕਿਹਾ ਜਾ ਰਿਹਾ ਮੈਂ ਦੇਖਦਾ ਸੀ ਸ਼ਾਇਦ ਬੁੱਧਵਾਰ ਵੀ ਹੋ ਜਾ ਹਿਸਾਬ ਦਾ ਵੀ ਹੋ ਜਾ ਬੁੱਧਵਾਰ ਕਹਿੰਦੇ ਥੋੜਾ ਸ਼ਾਇਦ ਖੁੱਲ ਜਾਵੇ ਮੌਸਮ ਉਹ ਨਾ ਇੱਕ ਇੱਕ ਉਹ ਆਂਦਾ ਹੁੰਦਾ ਸੀ ਨਾ ਵਸਜੀ ਉਹ ਪੈਰੋਡੀ ਸ਼ੋ ਹੁੰਦਾ ਸੀ ਸੀਬੀਸੀ ਤੇ ਉਹਨਾਂ ਨੇ ਇੱਕ ਬਣਾਈ ਸੀ ਕਹਿੰਦੇ ਵੀ ਲੌਂਗ ਰੇਂਜ ਫੋਰਕਾਸਟ ਕੁਝ ਨਹੀਂ ਹੁੰਦੀ ਉਹਨਾਂ ਨੇ ਇੱਕ ਪੈਰੋਡੀ ਬਣਾਈ ਸੀ ਕਹਿੰਦੇ ਜਿਹੜੇ ਅਸੀਂ 5 ਦਿਨਾਂ ਬਾਅਦ ਮਾੜਾ ਜਿਹਾ ਸੂਰਜ ਦਿਖਾ ਦਿੰਦੇ ਆ ਲੌਂਗ ਰੇਂਜ ਫੋਰਕਾਸਟ ਦੇ ਵਿੱਚ ਕਹਿੰਦੇ ਉਹ ਸਿਰਫ ਤੁਹਾਨੂੰ ਉਮੀਦ ਦੇਣ ਵਾਸਤੇ ਹੁੰਦਾ ਕਿਉਂਕਿ ਕਹਿੰਦੇ ਇਦਾਂ ਕਹਿੰਦੇ ਕੋਈ ਅਸੀਂ ਪ੍ਰੋਡਿਕਸ਼ਨ ਪ੍ਰੋਡਕਸ਼ਨ ਨਹੀਂ ਕਰ ਸਕਦੇ ਐਂਡ ਆਲਸੋ ਇਨ ਦ ਸੇਮ ਕੋਇਨ ਕਿ ਹੋ ਸਕਦਾ ਕਿ ਵੀਕਐਂਡ ਤੇ ਵੀ ਵਿੱਚੋਂ ਕੋਈ ਥੋੜੇ ਸਨੀ ਸਪੈਸ ਨਿਕਲ ਆਣ ਹੋ ਸਕਦਾ ਯੂ ਨੇਵਰ ਨੋ ਬਿਲਕੁਲ ਬਿਲਕੁਲ ਇਹ ਮੌਸਮ ਹੈ ਮੌਸਮ ਬਦਲਦਾ ਰਹਿੰਦਾ ਮੌਸਮ ਅਜਾ ਕਈ ਵਾਰੀ ਉਹ ਵੀ ਹੁੰਦਾ ਨਾ ਕਿ ਫਰਜ਼ ਕਰੋ 90% ਚਾਂਸਸ ਆਫ ਰੇਨ ਮੰਨ ਲਓ ਵੀਕਐਂਡ ਤੇ ਨਜ਼ਰ ਆ ਰਹੇ ਨੇ ਉਹ ਹੋ ਸਕਦਾ 90% ਜਿੰਨੇ ਵੀ ਬੱਦਲ ਬਦਲ ਹੋਣਗੇ ਜਿਨ੍ਹਾਂ ਨੇ ਮੀਂਹ ਵਰੋਣਾ ਉਹ ਸਵੇਰ ਦੇ 10 11 ਵਜੇ ਤੱਕ ਆਪਣਾ ਕੰਮ ਕੰਮ ਕਰਕੇ ਸ਼ਿਫਟ ਖਤਮ ਕਰਕੇ ਉਹ ਵੀ ਤੁਰਦੇ ਹੋਣ ਸੋ ਜਿਹੜੇ এনवायरमेंट ਵਾਲਿਆਂ ਦੀ ਫੋਰਕਾਸਟ ਉਹ ਵੀ ਠੀਕ ਰਹੀ ਤੇ ਉਸ ਤੋਂ ਬਾਅਦ ਜਿਹੜਾ ਜਿਸ ਤਰ੍ਹਾਂ ਦਾ ਮੌਸਮ ਲੋਕੀ ਭਾਲ ਅਸਰ ਘਟਨੇ ਇਹ ਜਿਹੜਾ ਟ੍ਰੈਂਡ ਹੈ ਨਾ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਿਹਾ ਵੈਸੇ ਵੀਕਡੇ ਤੇ ਮੌਸਮ ਇੰਨਾ ਸੋਹਣਾ ਹੁੰਦਾ ਜੋ ਤੁਸੀਂ ਕੰਮ ਤੇ ਹੁੰਦੇ ਹੋ ਤੇ ਜਦੋਂ ਵੀਕਐਂਡ ਆਉਂਦਾ ਉਦੋਂ ਮੀਂਹ ਪੈ ਜਾਂਦਾ ਬਿਲਕੁਲ ਤੇ ਇਦਾਂ ਬਹੁਤ ਸਾਰੇ ਮੈਸੇਜੇਜ਼ ਵੀ ਆ ਰਹੇ ਨੇ ਸਾਨੂੰ WhatsApp ਤੇ ਫੋਨ ਕਾਲਸ ਆ ਰਹੀਆਂ ਨੇ ਕਿ ਭਾਈ ਇਦਾਂ ਕਿਉਂ ਹੋ ਰਿਹਾ ਹੁਣ ਸਾਨੂੰ ਥੋੜੀ ਪਤਾ ਨਹੀਂ ਕਿਉਂ ਹੋ ਰਿਹਾ ਬਟ ਇਟਸ ਬੀਨ ਦਾ ਟ੍ਰੈਂਡ ਲਾਈਕ ਥੈਟ ਕੁਦਰਤ ਇਕਨੋਮੀ ਨੂੰ ਕੁਦਰਤ ਇਕਨੋਮੀ ਨੂੰ ਇੱਕ ਸੰਕੇਤ ਦੇ ਰਹੀ ਹੈ ਕਿ ਹੁਣ ਸ਼ਾਇਦ ਤੁਹਾਨੂੰ ਛੁੱਟੀ ਹਫ਼ਤੇ ਦੇ ਮਿਡਲ ਚ ਕਰਨ ਦੀ ਜ਼ਰੂਰਤ ਹੈ ਤੇ ਸੈਟਰਡੇ ਸੰਡੇ ਵਰਕਿੰਗ ਹੋਣ ਨਹੀਂ ਨਹੀਂ ਇਹ ਤਾਂ ਫਿਰ ਪੁੱਠਾ ਸੰਕੇਤ ਹੋਇਆ ਕੈਨੇਡਾ ਦੀ ਇਕਨੋਮੀ ਨੂੰ ਤਾਂ ਲੋਡ ਆ ਕਿ ਬੈਕ ਟੂ ਵਰਕ ਹੋਵੇ ਕਿ ਵਾਪਸ ਆਫਿਸ ਵਿੱਚ ਆ ਕੇ ਭਾਈ ਕੰਮ ਕਰੋ ਇੱਥੇ ਤਾਂ ਸਾਡੇ ਮੁਲਾਜ਼ਮ ਕਹਿੰਦੇ ਅਸੀਂ ਘਰੋਂ ਹੀ ਕੰਮ ਕਰਨਾ ਹੈ ਸਾਡੇ ਮੁਲਾਜ਼ਮ ਨਹੀਂ ਮਤਲਬ ਜਿਹੜੇ ਸਰਕਾਰ ਦੇ ਸਾਡੀ ਫੈਡਰਲ ਸਰਕਾਰ ਦੇ ਸਪੈਸੀਫਿਕਲੀ ਅੱਛਾ ਪ੍ਰੋਵਿੰਸ਼ਲ ਗਵਰਨਮੈਂਟ ਨੇ ਤਾਂ ਬੀਤੇ ਮਹੀਨਿਆਂ ਦੇ ਵਿੱਚ ਬੀਤੇ ਹਫ਼ਤਿਆਂ ਦੇ ਵਿੱਚ ਪਾਲਿਸੀ ਇਹ ਬਣਾਤੀ ਕਿ ਬਹੁਤ ਸਾਰੇ ਜਿਹੜੇ ਪਹਿਲਾਂ ਪਰਵਿੰਸ਼ਲ ਸਰਕਾਰ ਦੇ ਮੁਲਾਜ਼ਮ ਹੋਇਆ ਕਰਦੇ ਸੀ ਉਹਨਾਂ ਨੂੰ ਜਾਂ ਤੇ ਵਿਕਟੋਰੀਆ ਰੀਲੋਕੇਟ ਹੋਣਾ ਪੈਂਦਾ ਸੀ ਕੰਮ ਕਰਨ ਲਈ ਜਾਂ ਫਿਰ ਵੈਂਕੂਵਰ ਦੇ ਵਿੱਚ ਆ ਕੇ ਕੰਮ ਕਰਨਾ ਪੈਂਦਾ ਸੀ ਡਿਪੈਂਡਿੰਗ ਓਨ ਦਾ ਜੌਬ ਹੁਣ ਕਹਿੰਦੇ ਤੁਸੀਂ ਸੂਬੇ ਦੇ ਵਿੱਚ ਕਿਤੇ ਵੀ ਹੋ ਸਕਦੇ ਹੋ ਤੁਸੀਂ ਜੇ ਪ੍ਰੋਵਿੰਸ਼ਲ ਗਵਰਨਮੈਂਟ ਨੂੰ ਜੁਆਇਨ ਕਰਨਾ ਬੇਸਿਕਲੀ ਯੂ ਕੈਨ ਵਰਕ ਫਰਮ ਹੋਮ ਯੂ ਕੈਨ ਵਰਕ ਰਿਮੋਟਲੀ ਕਹਿੰਦੇ ਉਹਦਾ ਰੀਜ਼ਨ ਇਹ ਹੈ ਵੀ ਸਾਡੇ ਕੋਲ ਰਿਕਰੂਟ ਕਰਨ ਲਈ ਬੰਦਿਆਂ ਦੀ ਸ਼ਾਰਟੇਜ ਆ ਤੇ ਇਹ ਇੱਕ ਐਡੀਡ ਇਨਸੈਂਟਿਵ ਹੋਏਗਾ ਉਹਨਾਂ ਵਰਕਰਸ ਵਾਸਤੇ ਕਿ ਤੁਸੀਂ ਦੂਜੇ ਇਲਾਕਿਆਂ ਦੇ ਵਿੱਚ ਬੈਠੇ ਵੀ ਪ੍ਰੋਵਿੰਸ਼ਲ ਸਰਕਾਰ ਦਾ ਵਿਕਟੋਰੀਆ ਵਾਲੇ ਦਫ਼ਤਰ ਵੀ ਜਿਹੜੇ ਮਿਨਿਸਟਰੀਆਂ ਦੇ ਰੀਜਨਲ ਆਫਿਸਸ ਨੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਮਿਊਨਿਸਪੈਲਿਟੀਆਂ ਦੇ ਵਿੱਚ ਤੁਸੀਂ ਉਥੋਂ ਹਾਈਬ੍ਰਿਡ ਤਰੀਕੇ ਨਾਲ ਪੈਚ ਇਨ ਕਰ ਲੋ ਕੰਮ ਕਰ ਲੋ ਉਥੋਂ ਕੋਆਰਡੀਨੇਟ ਕਰ ਲੋ ਵੀ ਵਿਕਟੋਰੀਆ ਰੀ ਲੋਕੇਟ ਹੋਣ ਦੀ ਲੋੜ ਨਹੀਂ ਪਰ ਜਿਹੜਾ ਫੈਡਰਲ ਸਰਕਾਰ ਵਾਲਾ ਮਾਮਲਾ ਚੱਲ ਰਿਹਾ ਉਹ ਵੱਖਰਾ ਉਹ ਟੋਟਲ ਬਿਲਕੁਲ ਵੱਖਰਾ ਉਹ ਕਹਿੰਦੇ ਇਸ ਤਾਂ ਸਾਨੂੰ ਕੰਟਰੈਕਟ ਲਿਖ ਕੇ ਦੇ ਦਿਓ ਵੀ ਅਸੀਂ ਆਪਣੇ ਘਰੋਂ ਹੀ ਕੰਮ ਕਰਾਂਗੇ ਸਾਡੀ ਮਰਜ਼ੀ ਹੋਏਗੀ ਅਸੀਂ ਡਿਸਾਈਡ ਕਰਾਂਗੇ ਕਿੱਥੋਂ ਕੰਮ ਕਰਨਾ ਹਾਂ ਹਾਂ ਉਹ ਕਹਿੰਦੇ ਨਾ ਅਸੀਂ ਗੱਡੀਆਂ ਵੇਚਤੀਆਂ ਜੀ ਪੈਂਡੈਮਿਕ ਵੇਲੇ ਤੇ ਹੁਣ ਗੱਡੀ ਕਿੱਥੋਂ ਖਰੀਦੀਏ ਯਾ ਨਾਟ ਦੈਟ ਕਿ ਬਾਕੀ ਦੇ ਕੈਨੇਡੀਅਨ ਜਿਨ੍ਹਾਂ ਨੂੰ ਗੱਡੀ ਦੀ ਲੋੜ ਪੈਂਦੀ ਹੈ ਉਹ ਨਹੀਂ ਖਰੀਦ ਪਾਉਂਦੇ ਠੀਕ ਹੈ ਮਹਿੰਗਾ ਹੋਇਆ ਹੋਇਆ ਸਭ ਕੁਝ ਪਰ ਇਹ ਅਜੀਬੋ ਗਰੀਬ ਸਥਿਤੀ ਬਣੀ ਹੋਈ ਆ ਵਾਸਟਰੀ ਸਪੀਕਿੰਗ ਆਫ ਜੌਬਸ ਸਪੀਕਿੰਗ ਆਫ ਵਰਕ ਅੱਜ ਸਵੇਰ ਸਾਰ ਸਟੈਟਿਸਟਿਕਸ ਕੈਨੇਡਾ ਨੇ ਮਾਰਚ ਮਹੀਨੇ ਦੇ ਜੌਬ ਨੰਬਰਸ ਜਾਰੀ ਕੀਤੇ ਨੇ ਕੈਨੇਡਾ ਦੇ ਵਿੱਚ ਮਾਰਚ ਦੇ ਵਿੱਚ 35000 ਜੌਬਸ ਇਕਨੋਮੀ ਦੇ ਵਿੱਚ ਐਡ ਹੋਈਆਂ ਜੋ ਕਿ ਉਮੀਦ ਨਾਲੋਂ ਲਗਭਗ 3 ਕੁ ਗੁਣਾ ਹੀ ਆ ਸਿਰਫ ਹਾਂ ਕਿਉਂਕਿ ਐਕਸਪੈਕਟੇਸ਼ਨ ਸੀ ਵੀ 12000 ਜੌਬਸ ਐਡ ਹੋਣਗੀਆਂ ਤੇ ਜੌਬਸ ਦੇ ਵਿੱਚ ਵਾਧਾ ਹੋਇਆ 35000 ਦਾ ਬੇਰੋਜ਼ਗਾਰੀ ਦੀ ਦਰ ਅਜੇ ਵੀ 5% ਤੇ ਹੈ ਸੋ ਜੇ ਜੋਬਸ ਦੇ ਵਿੱਚ ਵਾਧਾ ਹੋਇਆ ਬੇਰੋਜ਼ਗਾਰੀ ਦੇ ਦਰ ਦੇ ਵਿੱਚ ਕਟੌਤੀ ਕਿਉਂ ਨਹੀਂ ਹੋਈ ਉਹਦਾ ਰੀਜ਼ਨ ਇਹ ਹੈ ਕਿ ਹੁਣ ਜ਼ਿਆਦਾ ਲੋਕ ਜੋਬਸ ਦੀ ਭਾਲ ਕਰ ਰਹੇ ਨੇ ਸੋ ਜੌਬਲੈਸ ਰੇਟ ਇਸ ਸਟੇਡੀ ਐਟ 5% ਤੇ ਨਾਲ ਦੱਸਿਆ ਗਿਆ ਕਿ ਜ਼ਿਆਦਾਤਰ ਜੋਬਸ ਪ੍ਰਾਈਵੇਟ ਸੈਕਟਰ ਦੇ ਵਿੱਚ ਪੈਦਾ ਹੋਈਆਂ ਨੇ ਜੀ ਤੇ ਜਿਹੜਾ ਪਬਲਿਕ ਸੈਕਟਰ ਤੇ ਸੈਲਫ এমਪਲੋਇਡ ਸੈਕਟਰ that was almost ਫਲੈਟ ਜੀ ਸੋ ਉਹਦੇ ਵਿੱਚ ਕੋਈ ਜ਼ਿਆਦਾ ਜੋਬ ਗ੍ਰੋਥ ਨਹੀਂ ਹੋਈ ਹੁਣ ਵਿਜੇ ਜੀ ਜਿਹੜੀ ਗੱਲ ਹੈ ਕਿ 35000 ਜੌਬਸ ਮਾਰਚ ਮਹੀਨੇ ਵੀ ਜਨਰੇਟ ਹੋ ਜਾਣੀਆਂ ਸਾਨੂੰ ਪਤਾ ਪਿਛਲੇ ਮਹੀਨੇ ਜੀਡੀਪੀ ਦੇ ਨੰਬਰਸ ਆਏ ਸੀ ਤੇ ਦੱਸਿਆ ਗਿਆ ਸੀ ਕਿ ਜਨਵਰੀ ਦੇ ਵਿੱਚ 0.5% ਜੀਡੀਪੀ ਦਾ ਵਿਕਾਸ ਹੋਇਆ ਤੇ ਫਰਵਰੀ ਦੇ ਵੀ ਜਿਹੜੇ ਪ੍ਰੀਲਿਮਨਰੀ ਐਸਟੀਮੇਟ ਸੀ ਉਹਨਾਂ ਵਿੱਚ ਵੀ ਦੱਸਿਆ ਗਿਆ ਸੀ ਕਿ 0.4% ਜੀਡੀਪੀ ਦੇ ਵਿੱਚ ਗਰੋਥ ਹੋਣ ਦੇ ਆਸਾਰ ਨੇ ਤੇ ਉਦੋਂ ਥੋੜੀ ਜਿਹੀ ਗੱਲ ਚੱਲੀ ਸੀ ਕਿ ਬੈਂਕ ਆਫ ਕੈਨੇਡਾ ਨੇ ਤਾਂ ਇਹ ਭਵਿੱਖਬਾਣੀ ਕੀਤੀ ਹੈ ਕਿ ਜਿਹੜੇ ਪਹਿਲੇ 3 ਕੁਆਟਰ ਨੇ ਇਸ ਸਾਲ ਦੇ ਜਿਹੜੀ ਗਰੋਥ ਹੈ ਗਰੋਥ ਰੇਟ ਉਹ 0% ਦੇ ਨਾਲ ਨੇੜੇ ਤੇੜੇ ਰਹਿਣ ਦੇ ਆਸਾਰ ਨੇ ਜੀ ਇਸ ਕਰਕੇ ਇਸ ਅਧਾਰ ਤੇ ਬੈਂਕ ਨੇ ਕਿਹਾ ਸੀ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੰਟਰਸਟ ਰੇਟ ਦੇ ਵਿੱਚ ਵਾਧਾ ਨਹੀਂ ਕਰਾਂਗੇ ਪਰ ਜੇ ਜਨਵਰੀ ਵਿੱਚ ਵੀ ਗਰੋਥ ਹੋ ਗਈ ਫਰਵਰੀ ਵਿੱਚ ਵੀ ਐਸਟੀਮੇਟ ਹੈਗਾ ਤੇ ਹੁਣ ਮਾਰਚ ਵਿੱਚ ਜੇ 35000 ਨੌਕਰੀਆਂ ਪੈਦਾ ਹੋ ਗਈਆਂ ਹੁਣ ਕਈਆਂ ਦਾ ਕਹਿਣਾ ਵੀ ਸ਼ਾਇਦ ਮਾਰਚ ਵਿੱਚ ਵੀ ਜੀਡੀਪੀ ਗਰੋ ਕਰੇਗੀ ਜੀ ਸੋ ਇਹ ਤਾਂ ਚੰਗੀ ਖਬਰ ਹੋਣੀ ਚਾਹੀਦੀ ਹੈ ਪਰ ਇੰਟਰਸਟ ਰੇਟ ਦੇ ਲਿਹਾਜ਼ ਤੋਂ ਇਹ ਥੋੜਾ ਜਾ ਹੁਣ ਇੱਕ ਦੂਜੇ ਪਾਸੇ ਜਾਂਦਾ ਸੀ ਕਿਉਂਕਿ 12 ਅਪ੍ਰੈਲ ਨੂੰ ਹੁਣ ਨੈਕਸਟ ਇੰਟਰਸਟ ਰੇਟ ਅਨਾਉਂਸਮੈਂਟ ਹੈ ਤੇ ਜਿਹੜੇ ਇਹ ਸਾਰੇ ਨੰਬਰਸ ਨੇ ਇਹ ਸਾਰਾ ਕੁਝ ਡਿਕਟੇਟ ਕਰ ਦਿੰਦੇ ਨੇ ਕਿ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਦੀ ਪਾਲਿਸੀ ਕਿਹੋ ਜੀ ਰੱਖਣੀ ਆ ਇਸ ਵੇਲੇ ਮਕਸਦ ਕੀ ਹੈ ਇੰਟਰਸਟ ਰੇਟਸ ਵਿੱਚ ਵਾਅਦਾ ਹੈ ਕਿ ਇਕਨੋਮੀ ਦੇ ਵਿੱਚ ਥੋੜਾ ਜਾ ਸਲੋ ਡਾਊਨ ਹੋਵੇ ਤਾਂ ਕਿ ਡਿਮਾਂਡ ਘਟੇ ਪਰ ਡਿਮਾਂਡ ਜੇ ਡਿਮਾਂਡ ਘਟੇਗੀ ਇਕਨੋਮਿਕ ਗਰੋਥ ਘਟੇਗੀ ਬਾਕੀ ਸਾਰੀਆਂ ਪ੍ਰੋਜੈਕਸ਼ਨਸ ਤੇ ਉਹ ਗੱਲ ਕਰਦੀਆਂ ਨੇ ਪਰ ਜਦੋਂ ਕਦੇ ਇਹ ਅੰਕੜੇ ਸਾਹਮਣੇ ਆਉਂਦੇ ਨੇ ਲਾਈਕ ਯੂ ਸੈਡ ਕਿ ਅਦਰਵਾਈਜ਼ ਇਕਨੋਮੀ ਦੇ ਵਿੱਚ ਵਿਕਾਸ ਹੋਣਾ ਚੰਗੀ ਖਬਰ ਐ ਇਟਸ ਅ ਗੁੱਡ ਥਿੰਗ ਪਰ ਬੈਂਕ ਆਫ ਕੈਨੇਡਾ ਦੀ ਪਾਲਿਸੀ ਦੇ ਉੱਪਰ ਇਹਦਾ ਕੀ ਅਸਰ ਪਏਗਾ ਉਦੇ ਵਾਸਤੇ ਵੈਸੇ ਦੇਖੋ ਬਸ ਜੀ 12 ਤਰੀਕ ਤੱਕ ਤਾਂ ਵੇਟ ਕਰਨੀ ਪੈਣੀ ਹੈ ਪਰ ਕੁਝ ਲੋਕਾਂ ਦਾ ਮੰਨਣਾ ਵੀ ਇਹ ਜਿਹੜੇ ਵਾਅਦੇ ਨੇ ਇਹਨੇ ਮਾਮੂਲੀ ਨੇ ਕੋਈ ਬਹੁਤੇ ਇੰਨੇ ਇੰਨੇ ਵਾਈਡਸਪਰੈਡ ਨਹੀਂ ਆ ਕਿ ਲੱਗਦਾ ਨਹੀਂ ਕਿ ਥਿਸ ਇਜ਼ ਨਾਟ ਇਨਫ ਕਿ ਬੈਂਕ ਆਫ ਕੈਨੇਡਾ ਨੂੰ ਇੱਕ ਹੋਰ ਰੇਟ ਹਾਈਕ ਕਰਨੀ ਪਵੇ ਜੇ ਵਾਸਤੇ ਜੀ ਮਾਰਚ ਮਹੀਨੇ ਦੇ ਜੋਬ ਨੰਬਰਸ ਦੀ ਹੀ ਗੱਲ ਕਰੀਏ ਤਾਂ ਕਿਹੜੀ ਕਿਹੜੀਆਂ ਹੋ ਇੰਡਸਟਰੀਜ਼ ਨੇ ਤੁਸੀਂ ਇਹ ਤਾਂ ਦੱਸਿਆ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਜ਼ਿਆਦਾ ਜੋਬਸ ਵਧੀਆਂ ਨੇ ਅਪਰ ਕਿਹੜੀਆਂ ਸਪੈਸੀਫਿਕਲੀ ਇੰਡਸਟਰੀਜ਼ ਨੇ ਪ੍ਰਾਈਵੇਟ ਸੈਕਟਰਸ ਜਿੱਥੇ ਜੌਬਸ ਦੇ ਵਿੱਚ ਵਾਧਾ ਹੋਇਆ ਤੇ ਜਿੱਥੇ ਜੌਬਸ ਦੇ ਵਿੱਚ ਘਾਟਾ ਹੋਇਆ ਕਟੌਤੀ ਹੋਈ ਪਹਿਲਾਂ ਵਾਧੇ ਦੀ ਗੱਲ ਕਰ ਲਈਏ ਟਰਾਂਸਪੋਰਟੇਸ਼ਨ ਐਂਡ ਵੇਅਰਹਾਊਸਿੰਗ ਦੇ ਵਿੱਚ 41000 ਵਰਕਰਸ ਦੀ ਐਡੀਸ਼ਨ ਹੋਇਆ ਅਕਰੋਸ ਦ ਕੰਟਰੀ ਮੇਰੇ ਲਈ ਇਹ ਬੜਾ ਇੰਟਰਸਟਿੰਗ ਹੈ ਇੰਟਰਸਟਿੰਗ ਨੰਬਰ ਆਇਆ ਕਿਉਂਕਿ ਪਹਿਲਾਂ ਵੀ ਇਹ ਇਦਾਂ ਦੇ ਅੰਕੜੇ ਆਏ ਸੀ ਤੇ ਇਹ ਇਸ ਤੋਂ ਬਾਅਦ ਸਾਡੇ ਲਿਸਨਰਸ ਨੇ ਬਹੁਤ ਜ਼ਿਆਦਾ ਮੈਸੇजेस ਕਰਕੇ ਇਹ ਗੱਲ ਦੱਸੀ ਸੀ ਕਹਿੰਦੇ ਵੀ ਟਰਾਂਸਪੋਰਟੇਸ਼ਨ ਦੇ ਵਿੱਚ ਕੰਮ ਬਹੁਤ ਘਟਿਆ ਹੋਇਆ ਹੈ ਅੱਜਕੱਲ ਯੈਸ ਬਸੋ ਜੀ ਜਦੋਂ ਵੀ ਕਿਸੇ ਟਰਕਿੰਗ ਇੰਡਸਟਰੀ ਨਾਲ ਸਬੰਧਤ ਕਿਸੇ ਵੀ ਵਿਅਕਤੀ ਨਾਲ ਗੱਲ ਕਰੋ ਉਹ ਕਹਿੰਦੇ ਕੰਮ ਸਲੋ ਹੈ ਸਾਰੇ ਇਸ ਨੂੰ ਦੱਸ ਹੀ ਕਰਦੇ ਨੇ ਪਰ ਮਾਰਚ ਦੇ ਵਿੱਚ ਕਹਿੰਦੇ ਕਿ ਟਰਾਂਸਪੋਰਟੇਸ਼ਨ ਐਂਡ ਵੇਅਰਹਾਊਸਿੰਗ ਦੇ ਵਿੱਚ 41000 ਵਰਕਰਸ ਦਾ ਐ ਬਿਲਡਿੰਗ ਐਂਡ ਅਦਰ ਸਪੋਰਟ ਸਰਵਿਸਿਜ਼ ਦੇ ਵਿੱਚ 31000 ਦਾ ਐਡੀਸ਼ਨ ਹੋਇਆ ਫਾਈਨੈਂਸ ਇੰਸ਼ੋਰੈਂਸ ਰੀਅਲ ਏਸਟੇਟ ਰੈਂਟਰਲ ਐਂਡ ਲੀਸਿੰਗ ਇਸ ਸੈਕਟਰ ਦੇ ਵਿੱਚ 19000 ਨਵੀਆਂ ਜੌਬਸ ਮਾਰਚ ਮਹੀਨੇ ਦੇ ਵਿੱਚ ਐਡ ਹੋਈਆਂ ਜੌਬ ਲਾਸਸ ਕਿੱਥੇ ਕਿੱਥੇ ਹੋਏ कंस्ट्रक्शन ਦੇ ਵਿੱਚ 19000 ਵਰਕਰਸ ਦੀ ਅਕਰੋਸ ਦ ਕੰਟਰੀ ਕਟੌਤੀ ਹੋਈ ਹੈ ਹਮ ਤੇ ਅਦਰ ਸਰਵਿਸੇਸ ਜਿਹਦੇ ਵਿੱਚ ਪਰਸਨਲ ਤੇ ਰਿਪੇਅਰ ਸਰਵਿਸੇਸ ਵੀ ਆਉਂਦੀਆਂ ਨੇ ਜੀ ਉਹਨਾਂ ਵਿੱਚ 11000 ਜੌਬਸ ਘਟੀਆਂ ਨੇ ਤੇ ਨੈਚੁਰਲ ਰਿਸੋਰਸਸ ਦੇ ਵਿੱਚ ਵੀ 11000 ਜੌਬਸ ਦੀ ਕਟੌਤੀ ਹੋਈ ਹੈ ਜੀ ਵਾਸੂ ਜੀ ਗੱਲ ਜੇ ਕਰੀਏ ਵੇਜਸ ਦੀ ਤੇ ਐਵਰੇਜ ਆਵਰਲੀ ਵੇਜ ਮਾਰਚ ਦੇ ਵਿੱਚ 33.12 ਸੈਂਟ ਪਰ ਆਵਰ ਰਹੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 5.3% ਦਾ ਵਾਧਾ ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਵੇਜ ਗਰੋਥ ਹੁਣ ਜਦੋਂ ਪਿਛਲੇ ਸਾਲ ਦੇ ਇਨਫਲੇਸ਼ਨ ਨੰਬਰਸ ਨਾਲ ਉਹਨੂੰ ਕੰਪੇਅਰ ਕਰਦੇ ਆ ਤਾਂ ਇਨਫਲੇਸ਼ਨ ਦੇ ਮੁਕਾਬਲੇ ਵੇਜ ਦੇ ਵਿਚਲਾ ਵਾਧਾ ਹੁਣ ਥੋੜਾ ਜਿਆਦਾ ਜ਼ਿਆਦਾ ਸਲਾਈਟਲੀ ਇਹ ਲਗਾਤਾਰ ਦੂਸਰਾ ਮਹੀਨਾ ਹੈ ਲਗਾਤਾਰ ਦੂਜਾ ਮਹੀਨਾ ਫਰਵਰੀ ਦੇ ਵਿੱਚ ਵੇਜ ਗ੍ਰੋਥ 5.4% ਸੀ ਬਿਲਕੁਲ ਜੀ ਤੇ ਉਹ ਵੀ ਇਨਫਲੇਸ਼ਨ ਤੋਂ ਜ਼ਿਆਦਾ ਰਹੀ ਸੋ ਹੁਣ ਲਗਾਤਾਰ ਬੈਕ ਟੂ ਬੈਕ 2 ਮਹੀਨੇ ਹੋ ਗਏ ਨੇ ਜਦੋਂ ਇਨਫਲੇਸ਼ਨ ਤੋਂ ਜ਼ਿਆਦਾ ਤਨਖਾਹਾਂ ਦੇ ਵਿੱਚ ਵਾਧਾ ਹੋ ਰਿਹਾ ਐਟ ਲੀਸਟ ਕਾਗਜ਼ ਤੇ ਤਾਂ ਹੋ ਰਿਹਾ ਤੇ ਵੀ ਜੀ ਬਹੁਤ ਸਾਰੇ ਮੈਸੇजेस ਆ ਰਹੇ ਨੇ ਫੇਸਬੁੱਕ ਤੇ ਵੀ ਆਮ ਸ਼ੋਰ ਵਟਸਐਪ ਤੇ ਵੀ ਆ ਰਹੇ ਹੋਣਗੇ ਵਟਸਐਪ ਤੇ ਮੈਸੇਜ ਆ ਰਹੇ ਐਲ ਐ ਐਮ ਆਈ ਇਹ ਜੌਬਸ ਕਹਿੰਦੇ ਐਗਜ਼ੈਕਟਲੀ ਸੋ ਇਹ ਸਾਰੇ ਕਹਿੰਦੇ ਨੰਬਰਸ ਕਾਗਜ਼ੀ ਨੇ ਹਾਂ ਸੋ ਹੁਣ ਵ ਉਹੋ ਜਿਹੜੀਆਂ ਜੌਬਸ ਐਡਵਰਟਾਈਜ਼ ਹੁੰਦੀਆਂ ਨੇ ਉਹ ਤਾਂ ਵੈਕੈਂਸੀ ਹੁੰਦੀ ਆ ਇਹੇ ਜੌਬਸ ਉਹ ਨੇ ਜਿਹੜੀਆਂ ਕਿ ਜੌਬਸ ਆ ਯਾ ਪਰ ਜਿਹੜੀ ਜੌਬ ਜੇ ਵੈਕੈਂਸੀ ਵੀ ਉਹ ਵੀ ਤਾਂ ਕ੍ਰिएशन ਹੀ ਹੋ ਰਹੀ ਆ ਯਾ ਉਹ ਜਿਹੜਾ ਨੰਬਰ ਇੰਨਾ ਬੁਰੀ ਤਰ੍ਹਾਂ ਸਕਿਊ ਹੋਇਆ ਨਾ ਤੁਸੀਂ ਇਹ ਦੇਖੋ ਐਲ ਐ ਐਮ ਆਈਏ ਵਾਲਾ ਜਿਹੜਾ ਇਹ ਐਂਗਲ ਆ ਇਹਨੇ ਸਿਰਫ ਤੇ ਸਿਰਫ ਇਹ ਜੌਬ ਨੰਬਰਸ ਨੂੰ ਨਹੀਂ ਸਕਿਊ ਕੀਤਾ ਅਸੀਂ ਹੁਣੇ ਜਿਹੜੀ ਗੱਲ ਕਰਕੇ ਹਟੇ ਆ ਕਿ ਇਹਨਾਂ ਜੌਬ ਨੰਬਰਸ ਦਾ ਇੰਪੈਕਟ ਪੈਂਦਾ ਬੈਂਕ ਆਫ ਕੈਨੇਡਾ ਦੀ ਰੇਟ ਪਾਲਿਸੀ ਤੇ ਉਹਨਾਂ ਨੂੰ ਲੱਗਦਾ ਵੀ ਇਕਨੋਮੀ ਦੇ ਵਿੱਚ ਤਾਂ ਐਕਟੀਵਿਟੀ ਬਹੁਤ ਜ਼ਿਆਦਾ ਵਧੀ ਹੋਈ ਆ ਸੋ ਜੇ ਜੋਬਸ ਇੰਨੀਆਂ ਕ੍ਰੀਏਟ ਹੋ ਰਹੀਆਂ ਨੇ ਇਕਨੋਮੀ ਨੂੰ ਹੋਰ ਹੋਰ ਬ੍ਰੇਕਾ ਲਾਉਣ ਦੀ ਜ਼ਰੂਰਤ ਹੈ ਤੇ ਰੇਟ ਵਧਾ ਦਈਏ ਸੋ ਜਿਹੜਾ ਇਹਦਾ ਰਿਪਲ ਇਫੈਕਟ ਹੈਗਾ ਇਹ ਪੂਰੇ ਐਲ ਐਮ ਆਈਏ ਦੇ ਜਿਹੜਾ ਇਹ ਤੁਸੀਂ ਲਾ ਲਓ ਵੀ ਇਹ ਇਹਨੂੰ ਕ腐ਸ਼ਨ ਹੀ ਕਹेलो ਹੁਣ ਹੋਰ ਤਾਂ ਕੁਝ ਨਹੀਂ ਹੈ ਇਹ ਤੇ ਦੈਟਸ ਦੈਟਸ ਦ ਰਾਈਟ ਵਰਡ ਇਹਨੂੰ ਦੇਖੋ ਬਾਰਡਰਲਾਈਨ ਕਨਸਪੀਰੇਸੀ ਥਿਉਰੀ ਵਾਲੀ ਗੱਲ ਹੋ ਜਾਂਦੀ ਹੈ ਕਿ ਕਈਆਂ ਦਾ ਇਹ ਵੀ ਕਹਿਣਾ ਵੀ ਇਹਨੂੰ ਕ腐ਸ਼ਨ ਜਿਵੇਂ ਤੁਸੀਂ ਕਿਹਾ ਕਈ ਕਹਿੰਦੇ ਕਨਵੀਨੀਅੰਸ ਵੀ ਹੈ ਇਹ ਸਰਕਾਰ ਕਿਤੇ ਆਪ ਤਾਂ ਨਹੀਂ ਇਹਨਾਂ ਨੰਬਰਸ ਨੂੰ ਇੰਜੀਨੀਅਰ ਕਰਦੀ ਕਿ ਆਪਣੀ ਪਾਲਿਸੀ ਨੂੰ ਡਿਕਟੇਟ ਕੀਤਾ ਜਾ ਸਕੇ ਕਿ ਨੰਬਰ ਨੂੰ ਵੀ ਉਸੇ ਤਰ੍ਹਾਂ ਇੰਜੀਨੀਅਰ ਕਰ ਲਿਆ ਜਾਏ ਸੋ ਕਈਆਂ ਦਾ ਇਹ ਵੀ ਕਹਿਣਾ ਆ ਤੇ ਬਹੁਤ ਸਾਰੇ ਦੇਖੋ ਮੈਸੇਜ ਆ ਰਹੇ ਨੇ ਬਲਜਿੰਦਰ ਸਿੰਘ ਜਗਪਾਲ ਜੀ ਦਾ ਮੈਸੇਜ ਹੈ ਕਹਿੰਦੇ ਪੰਜਾਬੀ ਰੈਸਟੋਰੈਂਟਾਂ ਦੇ ਵਿੱਚ ਸੋ ਉਹਨਾਂ ਨੇ ਪੰਜਾਬੀ ਚ ਲਿਖਿਆ ਕਹਿੰਦੇ ਪੰਜਾਬੀ ਰੈਸਟੋਰੈਂਟਾਂ ਵਿੱਚ ਵਾਦਾ ਹੋਇਆ ਕਹਿੰਦੇ ਜੌਬਸ ਦਾ ਐਲ ਐਮ ਆਈਏ ਵਿਚਨ ਵਾਲਿਆਂ ਵਾਸਤੇ ਹੂੰ ਸੋ ਇਹ ਦੇਖੋ ਇਹ ਹੈਗਾ ਆਈ ਐਮ ਸ਼ੋਰ ਕਿ ਇਹ ਬਹੁਤ ਛੋਟੀ ਪਰਸੈਂਟੇਜ ਹੈ ਇਨ ਦਾ ਬਿਗਰ ਪਿਕਚਰ ਪਰ ਗਰਾਉਂਡ ਜੋ ਐਕਸਪੀਰੀਅੰਸ ਹੈ ਰਿਐਲਿਟੀ ਜੋ ਹੈ ਉਹ ਸਾਡੇ ਲਿਸਨਰਸ ਸਾਂਝੀ ਕਰ ਰਹੇ ਨੇ ਬਿਲਕੁਲ ਵਾਸੂਰੀ ਇਕ ਵਾਰ ਨਾ ਪਿਛਲੇ ਸਾਲੇ ਰਿਪੋਰਟ ਆਈ ਸੀ ਵੀ ਕੈਨੇਡਾ ਦੇ ਵਿੱਚ ਕੈਸ਼ ਦੀ ਮੰਗ ਵਧ ਗਈ ਪਰ ਵਰਤੋਂ ਘਟ ਗਈ ਹੂੰ ਕਿ ਬੈਂਕਾਂ ਦੇ ਵਿੱਚੋਂ ਕੈਨੇਡੀਅਨ ਕੈਸ਼ ਤੇ ਜ਼ਿਆਦਾ ਡਿਮਾਂਡ ਹੋ ਰਿਹਾ ਪਰ ਜਿਹੜੀਆਂ ਟਰਾਂਜੈਕਸ਼ਨਸ ਹੋ ਰਹੀਆਂ ਨੇ ਉਹ ਸਾਰੇ ਹੋ ਰਹੇ ਕ੍ਰੈਡਿਟ ਕਾਰਡ ਤੋਂ ਵੈਲ ਵਾਟਸ ਦ ਰੀਜ਼ਨ ਅੱਜ ਦੀ ਐਲ ਐ ਐ ਵਾਲੀ ਸਾਰੀ ਟਰਾਂਜੈਕਸ਼ਨ ਹੁੰਦੀ ਆ ਇਹ ਕੋਈ ਡਰਾਫਟ ਬਣਾ ਕੇ ਦੇ ਦਿੰਦਾ ਨਹੀਂ 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 ਉਹ ਲੋਕ ਆਪਣੇ ਗੱਦੇ ਦੇ ਵਿੱਚ ਆ ਕੇ ਉੱਤੇ ਲੰਮੇ ਉਹ ਤੇ ਉਹ ਅੱਛਾ ਅੱਛਾ ਠੀਕ ਠੀਕ ਅੱਛਾ ਇਦਾਂ ਵੀ ਹੁੰਦਾ ਉਹ ਮੈਨੂੰ ਫੇਰ ਉਹ ਚੇਤਾ ਆ ਜਾਂਦਾ ਅੰਕਲ ਸਕਰੂਜ਼ ਵਾਲਾ ਕਾਰਟੂਨ ਉਹ ਜਿਹੜਾ ਸਿੱਕਿਆਂ ਦੇ ਵਿੱਚ ਬਾਈ ਦੋ ਵੇ ਟਾਕਿੰਗ ਅਬਾਊਟ ਕੈਸ਼ ਐਂਡ ਕਰੰਸੀ ਨੋਟਸ ਇੱਕ ਗੱਦੇ ਤੇ ਪੁਛਾ ਕੇ ਉੱਤੇ ਲੰਮੇ ਪੈਣਾ ਫਰਜ਼ੀ ਇੱਕ ਟੀਵੀ ਸੀਰੀਜ਼ ਆਈ ਹੈ Amazon Prime ਤੇ ਸੋ ਵੀਕਐਂਡ ਆ ਰਿਹਾ ਬਾਦ ਆ ਸ਼ਾਹੀ ਕਪੂਰਾਨੀ ਤੇ ਬਾਹਰ ਮੌਸਮ ਬੜਾ ਵਧੀਆ ਹੈ ਨਹੀਂ ਤੇ ਮੋਸਟ ਲਾਈਕਲੀ ਲੋਕ ਘਰ ਬੈ ਕੇ ਟੀਵੀ ਟੂ ਵੀ ਦੇਖਣਗੇ ਆਪਣੇ ਪਰਿਵਾਰ ਨਾਲ ਫਰਜ਼ੀ ਇਜ਼ ਅ ਵੈਰੀ ਨਾਈਸ ਟੀਵੀ ਸੀਰੀਜ਼ ਤੇ ਉਹ ਫੇਕ ਮਨੀ ਤੇ ਹੀ ਹੈ ਕਰੰਸੀ ਨੋਟਸ ਕਿਵੇਂ ਛਾਪ ਦੇਨੇ ਹੋ ਹੈਗਾ ਤਾਂ ਫਿਕਸ਼ਨ ਹੈ ਪੂਰੀ ਪਰ ਰਾਜ ਐਂਡ ਡੀਕੇ ਇਹ ਦੋ ਜਿਹੜੇ ਡਾਇਰੈਕਟੋਰিয়াল ਇੱਕ ਕੰਬੋ ਹੈਗਾ ਨਾ ਦਾ ਫੈਮਿਲੀ ਮੈਨ ਵੀ ਇਹਨਾਂ ਨੇ ਬਣਾਇਆ ਸੀ ਤੇ ਫਰਜ਼ੀ ਬਹੁਤ ਵਧੀਆ ਟੀਵੀ ਸੀਰੀਜ਼ ਆ ਉਹ ਵੇਖੀ ਜਾ ਸਕਦੀ ਵਾਸੂ ਜੀ ਕਹਿ ਰਹੇ ਨੇ ਕਿ ਵੀਕਐਂਡ ਤੇ ਵੇਖੋ ਫਰਜ਼ੀ ਅੱਗੇ ਤੁਹਾਡੀ ਮਰਜ਼ੀ ਹਾਂ ਇਹ ਸਾਡੀ ਹਰਜ਼ੀ ਵਾਸੂ ਜੀ ਹੁਣ ਅੱਗੇ ਵਧੀਆ ਕਰੀਏ ਨਾ ਅਲਗਰਜ਼ੀ ਸ਼ੋਰ ਤੁਹਾਡੀ ਮਰਜ਼ੀ ਤੇ ਵਾਸੂ ਜੀ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪான்ਸਰ ਕਰ ਰਹੇ ਨੇ ਵਿਰ ਕਿਚਨ ਕੈਬਿਨੇਟਸ ਕਸਟਮਾਈਜ਼ਡ ਕੈਬਿਨੇਟਸ ਮੈਨੂਫੈਕਚਰ ਤੇ ਇੰਸਟਾਲ ਕਰਵਾਉਣ ਦੇ ਲਈ ਵਿਰ ਕਿਚਨ ਕੈਬਿਨੇਟਸ ਨੂੰ ਕੰਟੈਕਟ ਕਰੋ ਇਸੇ ਜਿਹੜੇ ਸਕਿਲਡ ਵਰਕਰਸ ਹਾਇਰ ਕਰ ਰਹੇ ਨੇ 25 ਤੋਂ 30 ਡਾਲਰ ਪਰ ਆਵਰ ਪੇ ਕਰਨਗੇ 2 ਸਾਲ ਦੇ ਤਜਰਬੇ ਵਾਲੇ ਨੂੰ ਤਰਜੀਹ ਦਿੱਤੀ ਜਾਏਗੀ ਅਪਲਾਈ ਕਰਨ ਲਈ ਕਾਲ ਕਰੋ 6048348475604834 7475 ਸਰੀ ਦੇ ਵਿੱਚ 131 ਸਟਰੀਟ ਤੇ 84 ਐਵੇਨਿਊ ਤੇ ਵਿਰ ਕਿਚਨ ਕੈਬਿਨੇਟਸ ਦਾ ਕਾਰਖਾਨਾ ਇਸ ਸ਼ੋਰੂਮ ਹੈ ਤੇ ਨਾਲ ਹੀ ਸੋਨੂ हेयरकट ਵੀ ਪ੍ਰੋਗਰਾਮ ਦੇ ਅਸਿਸਸ ਨੇ ਸਪான்ਸਰ ਕਰ ਰਹੇ ਨੇ ਸੋਨੂ हेयरकट ਦੀਆਂ ਕੁੱਲ ਮਿਲਾ ਕੇ 10 ਲੋਕੇਸ਼ਨਸ ਹੋ ਗਈਆਂ ਨੇ ਹੁਣ ਜਿਨ੍ਹਾਂ ਦੇ ਵਿੱਚੋਂ 5 ਲੋਕੇਸ਼ਨਸ ਸਰੀ ਦੇ ਵਿੱਚ ਨੇ 2 ਵੈਂਕੂਵਰ ਦੇ ਵਿੱਚ 1 ਲੈਂਗਲੀ ਦੇ ਵਿੱਚ 1 ਲੋਕੇਸ਼ਨ ਐਬર્ટਸਵਰਥ ਤੇ 1 ਲੋਕੇਸ਼ਨ ਹੈ ਡੈਲਟਾ ਦੇ ਵਿੱਚ ਡੈਲਟਾ ਵਾਲੀ ਲੋਕੇਸ਼ਨ ਬੜੀ ਖਾਸ ਹੈ ਉੱਥੇ ਵਿਗ ਵਿੰਗ ਵੀ ਹੈ ਦੈਟਸ ਰਾਈਟ ਪਰ ਮੈਂ ਤੁਸੀ हेयरकट ਕਰਾਉਣਾ ਹੋਵੇ ਜਾਂ हेयरकट ਹੋਣ ਤੇ ਸੋਨੂ हेयरकट ਦੀ ਡੈਲਟਾ ਲੋਕੇਸ਼ਨ ਤੇ ਆ ਜਾਓ ਅਜਿਹੀ ਵਿਗ ਲਗਾ ਕੇ ਦੇਣਗੇ ਕਿ ਵੇਖਣ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਵਾਲ ਲੱਗੇ ਨੇ ਜਾਂ ਉੱਗੇ ਨੇ ਸੋਨੂ हेयरकट ਵਾਲੇ ਹੁਣ ਟੈਟੂ ਖੋਣਨ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਦੇ ਨੇ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰਿਓ 7788597100 ਤੇ 77878597100 ਸੋਨੂ हेयरकट ਰਿਤਪਾਲ ਵਰਕ ਜੀ ਦਾ ਮੈਸੇਜ ਆਇਆ ਇਹ ਮੈਂ ਤਾਂ ਦੇਖ ਵੀ ਲਈ ਫਰਜ਼ੀ ਅੱਛਾ ਮੈਂ ਕਿਹਾ ਓਹੋ ਹੁਣ ਤੁਸੀਂ ਵੀਕੈਂਡ ਤੇ ਕੀ ਕਰੋਗੇ ਕੰਟੈਂਟ ਕਾਫੀ ਕੁਛ ਹੈ ਯਾਰ ਟਾਈਮ ਹੀ ਨਹੀਂ ਲੱਗਦਾ ਵਾਸਤੇ ਕੀ ਕਰੀਏ ਅੱਗੇ ਵਧੀਏ ਚਲੋ ਹਫਤਾ ਜਿਹੜਾ ਹੈਗਾ ਉਹ 4 ਦਿਨਾਂ ਦਾ ਕਰਾਓ ਹਫਤਾ ਚਾਰ ਐਤ ਕੀ ਹੈ ਯਾ ਕਈਆਂ ਦਾ ਪਰਮਨੈਂਟ ਮੈਂ ਕਹਿੰਦਾ ਐਤ ਕੀ ਕਈਆਂ ਦਾ ਹ ਨਹੀਂ ਐਤ ਕੀ 4 ਦਾ ਤਾਂ ਤਕਰੀਬਨ ਸਾਰਿਆਂ ਦਾ ਹੀ ਹੈ ਕਈਆਂ ਦਾ ਨੈਕਸਟ ਵੀਕ ਵੀ 4 ਦਿਨਾਂ ਦਾ ਹ ਕਈਆਂ ਦਾ ਸਾਰਿਆਂ ਦਾ ਨਹੀਂ ਟਾਸਟ 5 ਫਾਸਟ 5 ਸੈਗਮੈਂਟ ਨੂੰ ਵਾਲੀਆ ਫੋਰੈਕਸ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ 24 ਘੰਟੇ ਦੇ ਵਿੱਚ ਪੈਸੇ ਇੰਡੀਆ ਭੇਜਣ ਲਈ ਯਾਦ ਰੱਖੋ ਵਾਲੀਆ ਫੋਰੈਕਸ ਹਾਈएस्ट ਕਰੰਸੀ ਰੇਟ ਪਰ ਉਸ ਸਯੋਗਤਾ ਫਾਸਟ ਸਰਵਿਸ ਦੋ ਲੋਕੇਸ਼ਨਸ ਨੇ ਇੱਕ ਸਰੀ ਦੇ ਲिटल ਇੰਡੀਆ ਪਲਾਜ਼ਾ ਵਿੱਚ ਦੂਜੀ ਐਬਰਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ ਕਾਲ ਦਲਜੀਤ ਸਿੰਘ 7788228410 778 8228410 ਵਾਲੀਆ ਫੋਰੈਕਸ ਫਾਸਟ 1 ਮੈਟਰੋ ਵੈਂਕੂਵਰ ਮੇਅਰਜ਼ ਕਮੇਟੀ ਦੀ ਕੱਲ ਹੋਈ ਮੀਟਿੰਗ ਦੌਰਾਨ ਰੀਜਨ ਦੇ ਮੇਅਰਜ਼ ਨੇ ਸਿਟੀ ਆਫ ਸਰੀ ਦੇ RCMP ਨੂੰ ਪੁਲਿਸ ਆਫ ਜੂਰਿਸਡਿਕਸ਼ਨ ਰੱਖਣ ਦੇ ਫੈਸਲੇ ਦਾ ਸਮਰਥਨ ਕੀਤਾ ਹੈ। मेट्रो वैनकूवर ਦੇ ਚੇਅਰ ਅਤੇ ਸਿਟੀ ਆਫ ਡੈਲਟਾ ਦੇ ਮੇਅਰ ਜਾਰਜ ਹਾਰਵੀ ਨੇ ਸਰੀ ਦੇ RCMP ਨੂੰ ਬਰਕਰਾਰ ਰੱਖਣ ਦੇ ਫੈਸਲੇ ਨੂੰ ਸਪੋਰਟ ਕਰਨ ਵਾਲਾ ਮਤਾ ਪੇਸ਼ ਕੀਤਾ ਜਿਸ ਨੂੰ ਮੇਅਰਜ਼ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਸਰੀ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਮੈਟਰੋ ਵੈਨਕੂਵਰ ਮੇਅਰਜ਼ ਦੀ ਕਮੇਟੀ ਨੇ ਸੋਲਿਸਟਰ ਜਨਰਲ ਮਾਈਕ ਫਾਨਵਰਥ ਨੂੰ ਆਪਣਾ ਫੈਸਲਾ ਛੇਤੀ ਦੇਣ ਦੇ ਨਾਲ ਨਾਲ ਸਰੀ ਵਿੱਚ RCMP ਨੂੰ ਹੀ ਬਣਾਈ ਰੱਖਣ ਬਾਰੇ ਸਪਸ਼ਟ ਸੰਕੇਤ ਦੇ ਦਿੱਤਾ ਹੈ ਫਾਨਵਰਥ ਨੇ ਬੀਤੇ ਦਿਨੀ ਕਿਹਾ ਸੀ ਕਿ ਉਹ ਸਰੀ ਪੁਲਿਸ ਟਰਾਂਜ਼ਿਸ਼ਨ ਸੰਬੰਧੀ ਆਪਣਾ ਫੈਸਲਾ ਅਰਲੀ ਮਈ ਵਿੱਚ ਸੁਣਾਉਣਗੇ ਪਾਸਟੂ ਕੱਲ ਰਾਤ ਸਰੀ ਦੇ ਗਿਲਫਰਡ ਇਲਾਕੇ ਵਿੱਚ ਵਾਪਰੀ ਇੱਕ ਵਾਰਦਾਤ ਦੌਰਾਨ ਸਰੀ ਆਰਸੀਐਮਪੀ ਵੱਲੋਂ ਗੋਲੀ ਚਲਾਏ ਜਾਣ ਦੀ ਖਬਰ ਹੈ ਸਰੀ ਆਰਸੀਐਮਪੀ ਨੇ ਪੁਸ਼ਟੀ ਕੀਤੀ ਹੈ ਕਿ ਕੱਲ ਰਾਤ 104 ਐਵੇਨਿਊ ਤੇ 139 ਸਟਰੀਟ ਨੇੜੇ ਆਫਿਸ ਆਫਿਸਰ ਇਨਵੋਲਵਡ ਸ਼ੂਟਿੰਗ ਦੀ ਇੱਕ ਘਟਨਾ ਵਾਪਰੀ ਪਰ ਫਿਲਹਾਲ ਇਸ ਤੋਂ ਵੱਧ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਮਾਮਲੇ ਦੀ ਜਾਂਚ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ IIO ਵੱਲੋਂ ਕੀਤੀ ਜਾਵੇਗੀ ਅਧਿਕਾਰੀਆਂ ਮੁਤਾਬਕ ਇਸ ਘਟਨਾ ਕਾਰਨ ਆਮ ਜਨਤਾ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ ਫਾਸ 3 ਸਾਲ 2017 ਵਿੱਚ ਬਰਨਬੀ ਵਿੱਚ ਕਤਲ ਕੀਤੀ ਗਈ 13 ਸਾਲਾਂ ਦੀ ਲੜਕੀ ਦੇ ਕੇਸ ਸੰਬੰਧੀ ਸੁਣਵਾਈ ਆਖਰਕਾਰ ਕੱਲ ਡਾਊਨਟਾਊਨ ਵੈਨਕੂਵਰ ਵਿੱਚ ਸਥਿਤ BC ਸੁਪਰੀਮ ਕੋਰਟ ਵਿੱਚ ਸ਼ੁਰੂ ਹੋ ਗਈ ਹੈ ਜੱਜ ਅਤੇ 14 ਜਿਊਰੀ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਇਸ ਟ੍ਰਾਇਲ ਦੌਰਾਨ ਸ਼ੱਕੀ ਵਿਅਕਤੀ ਇਬਰਾਹਿਮ ਅਲੀ ਨੇ ਨੌਨ ਗਿਲਟੀ ਪਲੀ ਐਂਟਰ ਕੀਤੀ ਹੈ ਪਬਲਿਕੇਸ਼ਨ ਬੈਨ ਲੱਗਣ ਕਾਰਨ ਵਿਕਟਮ ਲੜਕੀ ਦਾ ਨਾਮ ਹੁਣ ਮੀਡੀਆ ਵਿੱਚ ਰਿਪੋਰਟ ਨਹੀਂ ਕੀਤਾ ਜਾ ਸਕਦਾ ਜਸਟਿਸ ਲੈਂਸ ਬਰਨार्ड ਨੇ ਜਿਊਰੀ ਨੂੰ ਵੀ ਮੀਡੀਆ ਰਿਪੋਰਟਸ ਨਾ ਦੇਖਣ ਅਤੇ ਜਿਊਰੀ ਤੋਂ ਇਲਾਵਾ ਕਿਸੇ ਬਾਹਰਲੇ ਵਿਅਕਤੀ ਨਾਲ ਕੇਸ ਬਾਰੇ ਕੋਈ ਵੀ ਗੱਲ ਨਾ ਕਰਨ ਦੀ ਹਦਾਇਤ ਦਿੱਤੀ ਅਤੇ ਜਿਊਰੀ ਮੈਂਬਰਾਂ ਨੂੰ ਆਪਣੇ ਪੱਧਰ ਤੇ ਕੇਸ ਸੰਬੰਧੀ ਕੋਈ ਵੀ ਵੱਖਰੀ ਰਿਸਰਚ ਕਰਨ ਤੋਂ ਵਰਜਿਆ ਹੈ ਦੋਸ਼ੀ ਨੂੰ ਸਾਲ 217 ਵਿੱਚ ਬਰਨਬੀ ਦੀ 13 ਸਾਲਾਂ ਦੀ ਲੜਕੀ ਦੇ ਕਤਲ ਦੇ ਦੋਸ਼ ਵਿੱਚ ਘਟਨਾ ਤੋਂ 14 ਮਹੀਨੇ ਬਾਅਦ ਅਰੈਸਟ ਕੀਤਾ ਗਿਆ ਸੀ ਉਸ ਸਮੇਂ ਦੋਸ਼ੀ ਦੀ ਉਮਰ 28 ਸਾਲ ਸੀ ਅਤੇ ਉਹ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਰੈਫਿਊਜੀ ਵਜੋਂ ਸੀਰੀਆ ਤੋਂ ਕੈਨੇਡਾ ਆਇਆ ਸੀ ਉਸ ਦਾ ਕੋਈ ਪੁਰਾਣਾ ਕ੍ਰਿਮਿਨਲ ਰੈਕੋਰਡ ਨਹੀਂ ਸੀ ਇਨਵੈਸਟੀਗੇਟਰਸ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਉਨ੍ਹਾਂ ਨੇ ਇਬਰਾਹਿਮ ਅਲੀ ਨੂੰ ਇਸ ਕਤਲ ਦੇ ਦੋਸ਼ ਵਿੱਚ ਚਾਰਜ ਕਿਉਂ ਕੀਤਾ ਸੀ ਪਰ ਡੀਐਨਏ ਐਵੀਡੈਂਸ ਇਨਵੈਸਟੀਗੇਸ਼ਨ ਦਾ ਅਹਿਮ ਪਹਿਲੂ ਮੰਨਿਆ ਜਾਂਦਾ ਹੈ ਕਤਲ ਮਗਰੋਂ ਤਫਤੀਸ਼ਕਾਰਾਂ ਨੇ ਸੈਂਕੜੇ ਮਿਡਲ ਈਸਟਰਨ ਮਰਦਾਂ ਨੂੰ ਆਪੋ ਆਪਣਾ ਡੀਐਨਏ ਸੈਂਪਲ ਜਮਾ ਕਰਵਾਉਣ ਲਈ ਕਿਹਾ ਸੀ ਸ਼ੁਰੂ ਵਿੱਚ ਆਰਸੀਐਮਪੀ ਨੇ ਲਗਭਗ 2000 ਪਰਸਨਸ ਆਫ ਇੰਟਰਸਟ ਆਇਡੈਂਟੀਫਾਈ ਕੀਤੇ ਸਨ ਅਲੀ ਖਿਲਾਫ ਲੱਗੇ ਦੋਸ਼ ਅਦਾਲਤ ਵਿੱਚ ਸਿੱਧ ਹੋਣੇ ਬਾਕੀ ਹਨ ਕੇਸ ਦੀ ਕਾਰਵਾਈ ਅੱਜ ਜਾਰੀ ਰਹੇਗੀ ਪਾਸਪੋਰਟ ਵਿਕਟੋਰੀਆ ਹਾਰਬਰ ਤੇ 크ਰੂਜ਼ ਸ਼ਿਪਸ ਨੂੰ ਬਿਜਲੀ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਵੱਲੋਂ 9 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ ਕਲ ਟ੍ਰਾਂਸਪੋਰਟੇਸ਼ਨ ਮਿਨਿਸਟਰ ਰੌਫ ਫਲੇਮਿੰਗ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੇ 크ਰੂਜ਼ ਸ਼ਿਪਸ ਨੂੰ ਆਗਡਨ ਪੁਆਇੰਟ ਤੇ ਰੁਕਣ ਵੇਲੇ ਆਪਣਾ ਇੰਜਣ ਚੱਲਦਾ ਨਹੀਂ ਰੱਖਣਾ ਪਵੇਗਾ ਇਹ 크ਰੂਜ਼ ਸ਼ਿਪਸ ਪੋਰਟ ਤੇ ਉਪਲਬਧ ਸਾਫ਼ ਬਿਜਲੀ ਦਾ ਇਸਤੇਮਾਲ ਕਰਕੇ ਜਹਾਜ਼ ਅੰਦਰਲੇ ਬਿਜਲੀ ਉਪਕਰਨਾਂ ਨੂੰ ਚੱਲਦਾ ਰੱਖ ਸਕਣਗੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਦੀ ਕੋਈ ਟਾਈਮਲਾਈਨ ਨਹੀਂ ਦਿੱਤੀ ਗਈ ਪਰ ਫਲੇਮਿੰਗ ਨੇ ਕਿਹਾ ਕਿ ਪ੍ਰੋਜੈਕਟ ਦਾ ਵਾਤਾਵਰਣ ਤੇ ਪ੍ਰਭਾਵ ਕੈਪੀਟਲ ਰੀਜਨ ਦੀਆਂ ਸੜਕਾਂ ਤੋਂ 3400 ਵਾਹਨ ਹਟਾ ਦੇਣ ਬਰਾਬਰ ਹੋਵੇਗਾ। ਫਾਸਟ 5 ਮੋਂਟਰੀਅਲ ਵਿੱਚ ਕੱਲ ਦੀ ਭਾਰੀ ਆਈਸ ਸਟ੍ਰੋਮ ਮਗਰੋਂ 1.1 ਮਿਲੀਅਨ ਤੋਂ ਵੀ ਵੱਧ ਲੋਕਾਂ ਦੇ ਘਰਾਂ ਵਿੱਚ ਪਾਵਰ ਸਪਲਾਈ ਗਲ ਹੋ ਗਈ ਹੈ। ਹਾਈਡਰੋ ਕਿਊਬੈਕ ਦੇ 1000 ਤੋਂ ਵੀ ਵੱਧ ਕਰਮਚਾਰੀ ਓਵਰਨਾਈਟ ਮੁਰੰਮਤ ਕਾਰਜਾਂ ਵਿੱਚ ਰੁੱਝੇ ਰਹੇ ਪਰ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਕਸਟਮਰਜ਼ ਵਾਸਤੇ ਬਿਜਲੀ ਦੀ ਸਪਲਾਈ ਬਹਾਲ ਕੀਤੇ ਜਾਣ ਬਾਰੇ ਫਿਲਹਾਲ ਕੋਈ ਸਪਸ਼ਟ ਟਾਈਮਲਾਈਨ ਸਾਂਝੀ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਨੇ ਇਹ ਜ਼ਰੂਰ ਦੱਸਿਆ ਕੇ ਲਗਭਗ 1/3 ਕਸਟਮਰਸ ਵਾਸਤੇ ਬਿਜਲੀ ਅਗਲੇ 24 ਘੰਟਿਆਂ ਵਿੱਚ ਬਹਾਲ ਕਰ ਦਿੱਤੀ ਜਾਏਗੀ। ਮੌਂਟਰੀਅਲ ਇਲਾਕੇ ਵਿੱਚ ਬਹੁਤੇ ਸਕੂਲ ਅੱਜ ਬੰਦ ਕਰ ਦਿੱਤੇ ਗਏ ਹਨ। ਕੱਲ ਦੀ ਆਈਸ ਰੇਨ ਕਾਰਨ ਸ਼ਹਿਰ ਦੇ ਬਹੁਤੇ ਹਿੱਸਿਆਂ ਵਿੱਚ ਲਗਭਗ 1.5 ਇੰਚ ਦੀ ਆਈਸ ਸ਼ੀਟ ਜੰਮ ਗਈ ਸੀ। ਖਰਾਬ ਮੌਸਮ ਕਾਰਨ 온ਟਾਰੀਓ ਤੇ ਨੋਵਾ ਸਕੋਸ਼ੀਆ ਦੇ ਇਲਾਕੇ ਵੀ ਪ੍ਰਭਾਵਿਤ ਹੋਏ ਹਨ। ਇਹ ਸੀ ਸਾਡਾ ਅੱਜ ਦਾ ਫਾਸਟ 5 ਸੈਗਮੈਂਟ ਜਿਸ ਨੂੰ ਕੇ ਵਾਲੀਆ ਫੋਰੈਕਸ ਵੱਲੋਂ ਸਪੌਂਸਰ ਕੀਤਾ ਗਿਆ। ਕੋਈ ਵੀ ਕਰੰਸੀ ਜਿਵੇਂ ਡਾਲਰਸ ਪਾਉਂਡਸ ਜਾਂ ਯੂਰੋਜ਼ ਵਧੀਆ ਰੇਟ ਤੇ ਖਰੀਦਣ ਜਾਂ ਵੇਚਣ ਵਾਸਤੇ ਵਾਲੀਆ ਫੋਰੈਕਸ ਨੂੰ ਕੰਟੈਕਟ ਕਰੋ ਦੋ ਲੋਕੇਸ਼ਨਸ ਨੇ ਇੱਕ ਸਰੀ ਦੇ ਲਿਟਲ ਇੰਡੀਆ ਪਲਾਜ਼ਾ ਵਿੱਚ ਦੂਜੀ ਐਬਰਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ ਕਾਲ ਦਲਜੀਤ ਸਿੰਘ 7788228410 778 822 8410 ਵਾਲੀਆ ਫੋਰੈਕਸ ਵਸੂਜੀ ਜਿਹੜੀ ਕੱਲ ਇਹ ਮੇਅਰਜ਼ ਕਾਉਂਸਲ ਵੱਲੋਂ VOTING ਕੀਤੀ ਗਈ ਆ ਡੈਲਟਾ ਦੇ ਮੇਅਰ ਜਾਰਜ ਹਾਰਵੀ ਵੱਲੋਂ ਮਤਾ ਲਿਆਂਦਾ ਗਿਆ ਕਿ ਸਰੀ ਦੇ ਵਿੱਚ ਆਰਸੀਐਮਪੀ ਨੂੰ ਹੀ ਰੱਖਿਆ ਜਾਵੇ ਸਰਬਸੰਮਤੀ ਦੇ ਨਾਲ ਸਾਰੇ ਮੇਅਰਜ਼ ਨੇ ਇਸ ਮਤੇ ਨੂੰ ਪਾਸ ਕਰ ਦਿੱਤਾ ਡਾਟਾ ਨੇ ਕੋ ਆਪਣੀ ਮਿਊਨਿਸਪਲ ਪੁਲਿਸ ਹੈ ਉਹਨਾਂ ਦੀ ਆਪਣੀ ਮਿਊਨਿਸਪਲ ਪੁਲਿਸ ਆ ਸੋ ਇਸ ਗੱਲ ਨੂੰ ਲੈ ਕੇ ਆਫਕੋਰਸ ਬਹੁਤ ਜਦੋਂ ਸਿਟੀ ਅਫਸਰੀ ਵੱਲੋਂ ਇਸ ਗੱਲ ਨੂੰ ਹਾਈਲਾਈਟ ਕੀਤਾ ਗਿਆ ਪ੍ਰੈਸ ਰਿਲੀਜ਼ ਵਗੈਰਾ ਜਾਰੀ ਕੀਤੀ ਗਈ ਆਪਣੀ ਵੈਬਸਾਈਟ ਤੇ ਇਹ ਗੱਲ ਪਾ ਦਿੱਤੀ ਗਈ ਆ ਤੇ ਪਬਲਿਕ ਇੰਟਰਸਟ ਹੈ ਇਸ ਗੱਲ ਦੇ ਵਿੱਚ ਜ਼ਾਹਰ ਹੈ ਕਿ ਇੱਕਦਮ ਇਨਵੋਕ ਹੋਇਆ ਜਿਹੜੇ ਬਾਕੀ ਦੀ ਮਿਊਨਿਸਪੈਲਿਟੀਆਂ ਵੀ ਨੇ ਹੁਣ ਤੁਸੀਂ ਇਹ ਵੇਖੋ ਵੀ ਸਰੀ ਦੇ ਵਿੱਚ ਪੁਲਿਸਿੰਗ ਦਾ ਭਵਿੱਖ ਕੀ ਹੁੰਦਾ ਬਾਕੀ ਮਿਨਿਸਪੈਲਿਟੀਆਂ ਦਾ ਉਹਦੇ ਵਿੱਚ ਕੀ ਸਟੇਕ ਆ ਕਈ ਮਿਨਿਸਪੈਲਿਟੀਆਂ ਜਿਹਆਂ ਨੇ 21 ਮਿਨਿਸਪੈਲਿਟੀਆਂ ਦੇਖੋ ਮੈਟਰੋ ਵੈਂਕੂਵਰ ਰੀਜਨਲ ਡਿਸਟ੍ਰਿਕਟ ਦੀਆਂ ਮੈਂਬਰਸ ਨੇ ਤੇ ਬਾਕੀ ਕੁਝ ਫਰਸਟ ਨੇਸ਼ਨਸ ਗਰੁੱਪਸ ਵੀ ਨੇ ਬਹੁਤ ਸਾਰੀਆਂ ਬਾਕੀ ਮਿਨਿਸਪੈਲਿਟੀਆਂ ਦੇ ਵਿੱਚ ਵੀ RCMP ਹੀ ਹੈ ਜੇ ਸਰੀ ਦੇ ਵਿੱਚ RCMP ਜੇ ਨਹੀਂ ਰਹਿੰਦੀ ਪੁਲਿਸ ਆਫ ਜੂਰਿਸਡਿਕਸ਼ਨ ਤਾਂ ਜਿਹੜਾ ਕਾਮਨ ਇਨਫਰਾਸਟ੍ਰਕਚਰ ਦਾ ਖਰਚਾ ਹੈ ਜਿਹੜਾ ਸਰੀ ਵੱਲੋਂ ਅਦਾ ਕੀਤਾ ਜਾਂਦਾ ਉਸ ਪੂਲ ਦੇ ਵਿੱਚ ਪੈਸੇ ਦਿੱਤੇ ਜਾਂਦੇ ਨੇ ਜੇ ਸਰੀ ਉਸ ਪੂਲ ਚੋਂ ਆਪਣੇ ਪੈਸੇ ਉਹ ਨੈਚਰਲੀ ਮੰਫੀ ਹੋ ਜਾਣਗੇ ਤਾਂ ਬਾਕੀ ਮਨਿਸਪੈਲਿਟੀਆਂ ਦਾ ਵੀ ਪੁਲਿਸਿੰਗ ਦਾ ਖਰਚਾ ਵੱਧ ਜਾਣਾ ਜਿਹੜੀ ਕੱਲ ਇਹ ਹੁਣ ਇਹ ਰੈਜ਼ੋਲੂਸ਼ਨ ਪਾਸ ਕੀਤੀ ਗਈ ਆ ਮੈਟਰੋ ਵੈਂਕੂਵਰ ਦੇ ਮੇਅਰਸ ਵੱਲੋਂ ਇਹ ਇਸ ਕਰਕੇ ਵੀ ਦਿਲਚਸਪ ਹੈ ਕਿ ਹੁਣੇ ਨੋਵਾ ਸਕੋਸ਼ੀਆ ਦੇ ਵਿੱਚੋਂ RCMP ਨਾਲ ਸੰਬੰਧਿਤ ਜਿਸ ਤਰ੍ਹਾਂ ਦੀ ਰਿਪੋਰਟ ਆਈ RCMP ਦੀ ਕਾਰਗੁਜ਼ਾਰੀ ਨੂੰ ਲੈ ਕੇ ਕਾਫੀ ਨੁਕਤੇ ਚੀਨੀ ਉਸ ਰਿਪੋਰਟ ਦੇ ਵਿੱਚ ਕੀਤੀ ਗਈ ਆ ਉਸ ਤੋਂ ਬਾਅਦ ਹੁਣ ਇਹ ਮਤਾ ਪਾਸ ਕੀਤਾ ਜਾਣਾ ਤੇ ਅਗੇਨ ਪੇਸ਼ ਕਰਨ ਵਾਲੇ ਡੈਲਟਾ ਦੇ ਮੇਅਰ ਜਿਹੜੇ ਕਿ ਖੁਦ ਉਸ ਸ਼ਹਿਰ ਦੇ ਮੇਅਰ ਨੇ ਜਿੱਥੇ ਮ्युनਿਸਪਲ ਪੁਲਿਸ ਆ ਸੋ ਇਹ ਗੱਲਾਂ ਆਪਸ ਦੇ ਵਿੱਚ ਥੋੜੀਆਂ ਜੀਆਂ ਉਹੀ ਹੈ ਵੀ ਪੋਲਿਟਿਕ ਸਿਖਰਾਤੇ ਇਸ ਗੱਲ ਨੂੰ ਲੈ ਕੇ ਹੋਣ। ਅਹਿਮ ਹੈ ਇਹ ਜਿਹੜਾ ਮਤਾ ਪਾਸ ਕੀਤਾ ਗਿਆ। ਸੋ ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਕਿਉਂਕਿ ਦੇਖੋ ਮਾਈਕ ਫਾਨਵਰਥ ਵੀ ਇਹ ਗੱਲ ਪਹਿਲਾਂ ਕਿੰਨੀ ਵਾਰ ਕਹਿ ਚੁੱਕੇ ਨੇ ਕਿ ਉਹਨਾਂ ਨੇ ਜਿਹੜਾ ਫੈਸਲਾ ਕਰਨਾ ਉਹਨਾਂ ਨੇ ਸਿਰਫ ਸਰੀ ਨੂੰ ਕੇਂਦਰ ਦੇ ਵਿੱਚ ਰੱਖ ਕੇ ਸਰੀ ਬਾਰੇ ਸੋਚ ਕੇ ਫੈਸਲਾ ਨਹੀਂ ਕਰਨਾ ਕਹਿੰਦੇ ਵੀ ਪੂਰੇ ਸੂਬੇ ਦੀ ਅਸੀਂ ਪਬਲਿਕ ਸੇਫਟੀ ਨੂੰ ਧਿਆਨ ਚ ਰੱਖਣਾ ਮੈਟਰੋ ਵੈਂਕੂਵਰ ਸੂਬੇ ਦਾ ਇੱਕ ਬਹੁਤ ਮੇਜਰ ਇੱਕ ਪਾਰਟ ਹੈ ਤੇ ਮੈਟਰੋ ਵੈਂਕੂਵਰ ਦੇ ਸਾਰੇ ਮੇਅਰ ਕਹਿ ਰਹੇ ਨੇ ਵੀ ਸਾਨੂੰ ਇਹ ਲੱਗਦਾ ਕਿ ਇੱਥੇ ਪਬਲਿਕ ਸੇਫਟੀ ਬਿਹਤਰ ਹੋਏਗੀ ਜੇਕਰ RCMP ਹੋਵੇ ਸਰੀ ਵਿੱਚ ਤਾਂ ਫਿਰ ਉਹ ਕਨਸਿਡਰ ਕਰਨਾ ਪੈਣਾ ਸੂਬਾ ਸਰਕਾਰ ਨੂੰ ਜਦੋਂ ਵਾਸੋ ਜੀ ਕੱਲ ਇਹ ਸਾਰੀ ਗੱਲ ਸਾਹਮਣੇ ਆਈ ਤੇ ਆਈ ਰੀਚਡ ਆਊਟ ਅਸੀਂ ਉਹਨਾਂ ਨੂੰ ਰੀਚ ਆਊਟ ਕੀਤਾ ਸੀਗਾ ਮੇਅਰ ਵੀਡੀਓ ਆਫਿਸ ਨੂੰ ਕਿ ਕਿ ਉਹ ਆਪਣਾ ਕਮੈਂਟ ਸਾਂਝਾ ਕਰਨ ਕਿ ਉਹਨਾਂ ਦਾ ਇਹ ਰੈਜ਼ੋਲੂਸ਼ਨ ਲਿਆਉਣ ਦਾ ਮਕਸਦ ਕੀ ਸੀ ਉਹਨਾਂ ਦਾ ਰਿਸਪੌਂਸ ਥੋੜੀ ਦੇਰ ਪਹਿਲਾਂ ਹੀ ਆਇਆ ਜੀ ਕਹਿੰਦੇ ਕਿ ਮੇਅਰ ਹਾਰਵੀ ਵੱਲੋਂ ਹੁਣ ਮੈਟਰੋ ਸਟਾਫ ਨੂੰ ਕਿਹਾ ਗਿਆ ਮੈਟਰੋ ਵੈਂਕੂਵਰ ਰੀਜਨਲ ਡਿਸਟ੍ਰਿਕਟ ਦੇ ਸਟਾਫ ਨੂੰ ਕਿ ਆਪਣੀ ਇੱਕ ਪ੍ਰੈਸ ਰਿਲੀਜ਼ ਜਾਰੀ ਕਰੋ ਜਿਹਦੇ ਵਿੱਚ ਜਾਰਜ ਹਾਰਵੀ ਮੇਅਰ ਜਾਰਜ ਹਾਰਵੀ ਦੀ ਜੋ ਪੋਜੀਸ਼ਨ ਹੈਗੀ ਐ ਇਸ ਮੋਸ਼ਨ ਨੂੰ ਲਿਆਉਣ ਸੰਬੰਧੀ ਕਹਿੰਦੇ ਉਹ ਪ੍ਰੋਪਰਲੀ ਰਿਫਲੈਕਟ ਹੋ ਸਕੇ ਕਿਉਂਕਿ ਅਜੇ ਤੱਕ ਜਿਹੜੀ ਇਹ ਸਾਰੀ ਗੱਲ ਸਾਹਮਣੇ ਆਈ ਉਹ ਸਿਟੀ ਆਫ ਸਰੀ ਵੱਲੋਂ ਜੋ ਜੋ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਉਹਦੇ ਰਾਹੀਂ ਆਈ ਆ ਤੇ ਸਿਟੀ ਆਫ ਸਰੀ ਦੇ ਵਿੱਚ ਇਸ ਵੇਲੇ ਹੁਣ ਜੋ ਕਾਉਂਸਲ ਹੈ ਉਹਨਾਂ ਦਾ ਤੇ ਸਟੈਂਸ ਇਹ ਹੈ ਕਿ ਦੇ ਵਾਂਟ ਕਿ ਸਰੀ ਆਰਸੀਐਮ ਪੀ ਰਵੇ ਸੋ ਕਹਿੰਦੇ ਹੁਣ ਕੀ ਇਸ ਦੇ ਵਿੱਚੋਂ ਸੰਕੇਤ ਇਹ ਹੈ ਕਿ ਉਹਦੇ ਵਿੱਚ ਮੇਅਰ ਜਾਰਜ ਹਾਰਬੀ ਨੇ ਜਿਸ ਇੰਟੈਂਸ਼ਨ ਦੇ ਨਾਲ ਇਹ ਮਤਾ ਲਿਆਂਦਾ ਉਹ ਪ੍ਰੋਪਰਲੀ ਰਿਫਲੈਕਟ ਨਹੀਂ ਹੁੰਦਾ ਸੋ ਵੇਟ ਕਰਨਾ ਪੈਣਾ 让我们 ਸੀ ਕਿ ਹੋਰ ਕੀ ਕਮਿਊਨੀਕੇਸ਼ਨ ਆਉਂਦੀ ਆ ਪਰ ਹਾਲ ਦੀ ਘੜੀ ਦੈਟਸ ਦਾ ਲੇਟੈਸਟ ਅਪਡੇਟ ਅ ਅਸੂਜੀ ਬ੍ਰੇਕ ਲਈਏ ਫਿਰ ਸੋ ਸੋ ਬ੍ਰੇਕ ਲੈਨੇ ਆ ਤੇ ਬ੍ਰੇਕ ਦੌਰਾਨ ਸਾਡੀ ਫੇਸਬੁਕ ਵਾਲੀ ਲਾਈਵ ਸਟ੍ਰੀਮ ਤੇ ਇਹ ਵੀਡੀਓ ਸਟ੍ਰੀਮ ਹੈ ਪਹਿਲਾਂ ਤਾਂ ਉਹਦੇ ਵਿੱਚ ਆ ਕੇ ਸ਼ਾਮਲ ਹੋਵੋ ਇਫ ਇਟ ਸੇਫ ਟੂ ਡੂ ਸੋ ਅਜੇ ਤੁਸੀਂ ਇਸ ਵੇਲੇ ਡਰਾਈਵ ਨਹੀਂ ਕਰ ਰਹੇ ਲੋਕੇ ਇਹ ਨਾ ਸੋਚਣ ਕਿ ਸੇਫ ਟੂ ਡੂ ਸੋ ਕਿਉਂ ਕਹਿੰਦੇ ਆ ਵੀ ਇਹਦੇ ਵਿੱਚ ਕੋਈ ਬੰਬ ਬੰਬ ਹੈ ਨੀ ਚੱਕਰ ਕੀ ਹੈ ਸੋ ਇਫ ਇਫ ਯੂ ਡਰਾਈਵਿੰਗ ਦੈਟ ਇਜ਼ ਕਿ ਜੇ ਉਹ ਤੁਹਾਡੇ ਲਈ ਸੇਫ ਹੈ ਇਸ ਵੇਲੇ ਇਫ ਯੂ ਨਾਟ ਡਰਾਈਵਿੰਗ ਤਾਂ ਫੇਰ ਸਾਡੀ ਇਸ ਫੇਸਬੁਕ ਵਾਲੀ ਲਾਈਵ ਸਟ੍ਰੀਮ ਚਾਓ YouTube ਤੇ ਵੀ ਲਾਈਵ ਸਟ੍ਰੀਮ ਚੱਲਦੀ ਹੈ ਪਰ ਫੇਸਬੁਕ ਵਾਲੀ ਲਾਈਵ ਸਟ੍ਰੀਮ ਤੇ ਬ੍ਰੇਕ ਦੌਰਾਨ ਇੱਕ ਸਵਾਲ ਆਣਾ ਤੇ ਉਸ ਸਵਾਲ ਦੇ ਤਿੰਨ ਆਪਸ਼ਨ ਦਿੱਤੇ ਗਏ ਹੋਣਗੇ ਤੁਹਾਨੂੰ ਐਸ ਦਾ ਪਤਾ ਹੀ ਹੈ ਤੇ ਉਹ ਜਿਹੜਾ ਸਹੀ ਆਪਸ਼ਨ ਨੰਬਰ ਹੈ ਸਿਲੈਕਟ ਕਰ ਲੈਣ ਤੇ ਤੁਸੀਂ ਥਿੰਕ ਇੰਸ਼ੋਰੈਂਸ ਵੱਲੋਂ ਚੱਜ ਜਾਓ 25 ਡਾਲਰ ਦਾ ਗੈਸ ਕਾਰਡ ਵਾਸੇ ਜਿਹੜੀ ਤੁਸੀਂ ਉਹ ਗੱਲ ਕੀਤੀ ਸੀ ਨਾ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕੈਸ਼ ਦੀ ਡਿਮਾਂਡ ਦੀ ਆਪਾਂ ਗੱਲ ਕਰ ਰਹੇ ਸੀ ਵੀ ਕੈਸ਼ ਦੀ ਡਿਮਾਂਡ ਵੱਧ ਗਈ ਪਰ ਵਰਤੋਂ ਘੱਟ ਗਈ ਪਿਛਲੇ ਸਾਲ ਦੀ ਰਿਪੋਰਟ ਸੀ ਵੀ ਕਿਤੇ ਉਹ ਐਲ ਐ ਐਮ ਆਈ ਤੇ ਸੰਦਰਭ ਚ ਆਪਾਂ ਗੱਲ ਕਰ ਰਹੇ ਸੀ ਤੁਸੀਂ ਕਹੇ ਸੀ ਵੀ ਨਹੀਂ ਨਹੀਂ ਲੋਕੀ ਗੱਦਿਆਂ ਦੇ ਉੱਪਰ ਕੈਸ਼ ਵਿਛਾ ਕੇ ਸੌਂਦੇ ਨੇ ਪਰਮਜੀਤ ਜੀ ਦਾ ਮੈਸੇਜ ਆਇਆ ਉਹ ਕਹਿੰਦੇ ਵਾਸੂ ਜੀ ਗੱਦੇ ਤੇ ਕੈਸ਼ ਵਿਛਾ ਕੇ ਸੌਣ ਵਾਲੀ ਗੱਲ ਬਿਲਕੁਲ ਸਹੀ ਹੈ ਅੱਛਾ ਕਿੰਨੇ ਮੈਂ ਇਦਾਂ ਹੀ ਕਰਦਾ ਮੈਂ ਛੋਟੇ ਹੁੰਦੇ ਕਰਦਾ ਉਹ ਅੱਛਾ ਠੀਕ ਠੀਕ ਮੈਂ ਛੱਡਦਾ ਅ ਵਾਸਤੇ ਜੀ ਪੇਟ ਦੁਖਣ ਲੱਗ ਜਾਂਦੀ ਪੇਟ ਦੁਖਣ ਲੱਗ ਜਾਂਦੀ ਉਹ ਅੱਛਾ ਛੋਟੇ ਹੁੰਦੇ ਕਰਦੇ ਠੀਕ ਆ ਅੱਛਾ ਸਮਰ ਜਠਾਲੀ ਦਾ ਮੈਸੇਜ ਆਇਆ ਉਹ ਇਹ ਕਹਿ ਰਹੇ ਨੇ ਪੋਰਟਮੈਨ ਬ੍ਰਿਜ ਤੇ ਵੈਸਟ ਸਾਈਡ ਐਕਸੀਡੈਂਟ ਹੋਇਆ ਹੋਇਆ ਸੋ ਉਹਦੇ ਕਰਕੇ ਟ੍ਰੈਫਿਕ ਕਾਫੀ ਬੈਕਅਪ ਹੋ ਰਿਹਾ ਜੇ ਤੁਸੀਂ ਪੋਰਟਮੈਨ ਬ੍ਰਿਜ ਲੈ ਕੇ ਇਧਰੋਂ ਸਰੀ ਵਾਲੇ ਪਾਸਿਓਂ ਜਾ ਰਹੇ ਸੀ ਵੈਨਕੂਵਰ ਪੋਰਟ ਕੁਕਟਲਮ ਵਾਲੀ ਸਾਈਡ ਨੂੰ ਤੇ ਉੱਥੇ ਐਕਸੀਡੈਂਟ ਹੋਣ ਕਰਕੇ ਟ੍ਰੈਫਿਕ ਬੈਕਅਪ ਹੋਣਾ ਸ਼ੁਰੂ ਅਸਲੀ ਬ੍ਰੇਕ ਲਈਏ ਹੁਣ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ ਕੱਲ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਜੋ ਪੂਰੀ ਦੀ ਪੂਰੀ ਕਾਰਵਾਈ ਵੱਢੀ ਗਈ ਆ ਵੈਸੇ ਕਾਰਵਾਈ ਨੂੰ ਲੀਡ ਕਰ ਰਹੇ ਸੀ ਵੈਂਕੂਵਰ ਸਿਟੀ ਦੇ ਜਿਹੜਾ ਇੰਜੀਨੀਅਰਿੰਗ ਸਟਾਫ ਤੇ ਬਾਕੀ ਦਾ ਸਟਾਫ ਆ ਪਰ ਵੈਂਕੂਵਰ ਪੁਲਿਸ ਦੀ ਉਹਦੇ ਵਿੱਚ ਮਦਦ ਲਈ ਗਈ ਕੱਲ ਉੱਥੇ ਸਾਰਾ ਕੁਝ ਕਿਸ ਤਰ੍ਹਾਂ ਦਾ ਸੀਨ ਰਿਹਾ মিডিਆ ਨੂੰ ਉੱਥੇ ਸਿਰਫ ਇੱਕੋ ਕਹਿੰਦੇ ਤੁਸੀਂ ਆਪਣਾ ਕੈਮਰਾ ਲਿਆ ਸਕਦੇ ਹੋ ਰਿਪੋਰਟਿੰਗ ਵੀ ਅਰਥੋਂ ਕਰਨ ਦੀ ਕੋਈ ਬਹੁਤੀ ਇਜਾਜ਼ਤ ਨਹੀਂ ਸੀ ਈਵਨ ਜਿਹੜੇ ਟ੍ਰੈਫਿਕ ਵਾਲੇ ਕੈਮਰੇ ਸੀ ਜਿਹੜੇ ਉਸ ਏਰੀਆ 'ਚ ਲੱਗੇ ਨੇ ਉਹੀ ਅਜੂਬਾ ਇਹੋ ਜਿਹਾ ਹੋਇਆ ਵੀ ਉਸ ਵੇਲੇ ਕਹਿੰਦੇ ਟ੍ਰੈਫਿਕ ਕੈਮਰੇ ਵੀ ਕੰਮ ਨਹੀਂ ਸੀ ਕਰ ਰਹੇ ਯਾ ਸੋ ਅੱਧੇ ਪੌਣੇ ਘੰਟੇ ਲਈ ਉਹ ਬੰਦ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਬਹਾਲ ਕਰ ਦਿੱਤਾ ਉਸ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ ਸੀ ਸੋ ਬਾਕੀ ਸਾਰੀ ਗੱਲਬਾਤ ਕੱਲ ਕੀ ਹੋਈ ਹੈ ਉਹਨੂੰ ਲੈ ਕੇ ਕੀ ਰਿਐਕਸ਼ਨ ਆ ਰਿਹਾ ਉਹ ਸਾਰੇ ਵੇਰਵੇ ਸਾਂਝੇ ਕਰਦੇ ਆਂ ਤੇ ਨਾਲ ਹੀ ਬੀਸੀ ਦੇ ਵਿੱਚ ਮਿਨੀਮਮ ਵੇਜ ਦੇ ਵਿੱਚ ਵਾਅਦਾ ਕੱਲ ਅਨਾਉਂਸ ਕਰ ਦਿੱਤਾ ਗਿਆ ਲਾਗੂ ਹੋਣਾ ਪਹਿਲੀ ਜੂਨ ਤੋਂ ਉਹ ਸਾਰੇ ਵੇਰਵੇ ਵੀ ਸ਼ੇਅਰ ਕਰਦੇ ਆਂ ਤੁਸੀਂ ਸੁਣਦੇ ਰਹੋ ਕਨੈਕਟ ਐਫ ਐਮ ਤੇ ਸਵੇਰ ਵਾਲਾ ਸ਼ੋ तो गल्ला मारी हैं के दिल होए कनेक्ट तब व्याह करवा लिया सज के जदों कनेक्ट एफएम से पाई एड कस्टमर आए भज के तो सी भी 91.5 कनेक्ट एफएम से ऐड पाओ ते अपना बिजनेस होर बताओ एडवर्टाइज करने ले कांटेक्ट करो कनेक्ट एफएम सेल्स टीम नो कॉल हरी 6049930915 या विनी 6043680915 ਆ ਲਓ ਜੀ ਗੱਡੀ ਲੋ ਰਾਈਡਰ ਬਣਾਤੀ ਭਾਈ ਇਹ ਥੋੜੀ ਹੋਰ ਲੋ ਹੋ ਸਕਦੀ ਹੈ ਹਾਂ ਹਾਂ ਆ ਲਓ ਜੀ ਥੋੜੀ ਹੋਰ ਲੋ ਆ ਆ ਲੋ ਜੀ ਥੋੜੀ ਜੀ ਹੋਰ ਉਹ ਹੋਰ ਕਿੰਨੀ ਕਿ ਲੋ ਫਾਰਮ ਐਂਡ ਸਪਾਈਸ ਦੇ ਵੀਕਲੀ ਸਪੈਸ਼ਲ ਜਿੰਨੀ ਲੋ ਆ ਸੁਣੋ ਟਾਟਾ ਸਾਲਟ 1 ਕਿਜੀ 199 ਈਚ ਸਟਿਲੋ ਬੇકરી ਪੰਜਾਬੀ ਬਿਸਕਟਸ 1.5 ਪਾਉਂਡ 599 ਈਚ ਪਾਰਲੀਮੈਂਟ ਰੋਜ਼ਾਨਾ ਬਾਸਮਤੀ ਰਾਈਸ 8 ਪਾਉਂਡ 799 ਈਚ ਰੈਡ ਲੇਬਲ 216 ਰਾਉਂਡ ਟੀ ਬੈਗਸ 1199 ਅਮਗਨੀ ਸਾਹਿਬ ਉਹ ਤੁਸੀਂ ਕਿੱਥੇ ਚੱਲੇ ਮੈਂ ਚੱਲਿਆ ਫਾਰਮ ਐਂਡ ਸਪਾਈਸ ਗਰੋਸਰੀ ਲੈਂਡ ਆਪ ਦੀ ਗੱਡੀ ਆਪੇ ਹੀ ਲੋ ਕਰ ਲਈ ਹੁਣ ਫਾਰਮ ਐਂਡ ਸਪਾਈਸ for 320 64th Avenue real ki hunda hai real hundi hai family jo sukh dukh vich tuhanu saath de real hunde ne sapne jinna nu pura karan layi tusi kamm karde ho ate real hundi hai deal jo tuhanu duwande ne remax blueprint reality de realter aa ik sekho 2011 to kinni hi families de sapneya nu reality ch badal de aa rahe ne aa ik sekho residential commercial ate business property khareedan ya vechn layi contact karo remax blueprint reality de aa ik sekhnu call 604 365 0006 for listings visit IQIseco.com ਕੈਨੇਡਾ ਦਾ ਵੈਦਰ ਕਰਵਟ ਬਦਲਦਾ ਹੀ ਰਹਿੰਦਾ ਕਦੇ ਮੀਂਹ ਕਦੇ ਸਨੋ ਤੇ ਕਦੇ ਤਪਦੀ ਧੁੱਪ ਬਾਹਰ ਦੇ ਮੌਸਮ ਦਾ ਤਾਂ ਕੁਝ ਕਰ ਨਹੀਂ ਸਕਦੇ ਪਰ ਘਰ ਦੇ ਅੰਦਰ ਦਾ ਮੌਸਮ ਰੱਖੇ ਹਮੇਸ਼ਾ ਖੁਸ਼누ਮਾ ਇਹ ਯਕੀਨੀ ਬਣਾਉਂਦੇ ਨੇ ਮਹੰਗਾ ਗੈਸ ਐਂਡ ਹੀਟਿੰਗ ਗੁੱਡਮੈਨ ਅਥੋਰਾਈਜ਼ਡ ਡੀਲਰਜ਼ ਮਹੰਗਾ ਗੈਸ ਐਂਡ ਹੀਟਿੰਗ 에ਅਰ ਕੰਡੀਸ਼ਨਿੰਗ ਫਰਨਸ ਇੰਸਟਾਲੇਸ਼ਨ ਐਂਡ ਰਿਪਲੇਸਮੈਂਟ ਸਰਵਿਸਿਜ਼ ਦਿਨ ਦਿਨੇ ਵਾਟ ਇਜ਼ ਰਿਵੇਟ ਅਵੇਲੇਬਲ ਕਾਲ ਰਿਪਸ ਐਂਡ ਮਹੰਗਾ 7785523781 7785523781 ਕੈਨੇਡਾ ਨੂੰ ਆਪਣਾ ਘਰ ਬਣਾਓ ਰਿਸ਼ਤੇਦਾਰਾਂ ਦੋਸਤਾਂ ਨੂੰ ਬੁਲਾਓ ਸਹੀ ਸਲਾਹ ਇਮਾਨਦਾਰੀ ਤੇ ਪਾਰਦਰਸ਼ਤਾ ਦੀ ਮਿਸਾਲ ਬਣੀ ਨੀਟ ਇਮੀਗ੍ਰੇਸ਼ਨ ਨੂੰ ਸੰਪਰਕ ਕਰੋ ਨੀਟ ਇਮੀਗ੍ਰੇਸ਼ਨ ਆਪਣੇ ਕੰਮ ਵਿੱਚ ਆਪਣੇ ਨਾਮ ਨੂੰ ਦਰਸਾਉਂਦੇ ਨੇ ਇਮੀਗ੍ਰੇਸ਼ਨ ਮਸਲਿਆਂ ਦਾ ਸਹੀ ਹੱਲ ਸੁਝਾਉਂਦੇ ਨੇ ਵਿਜ਼ਿਟਰਸ ਨੇ ਵਰਕ ਪਰਮਿਟ ਲੈਣਾ ਹੈ ਜਾਂ ਪੀਆਰ ਅਪਲਾਈ ਕਰਨੀ ਹੈ ਸਪਾਊਸ ਫੈਮਿਲੀ ਜਾਂ ਨੈਨੀ ਸਪਾਂਸਰਸ਼ਿਪ ਕਰਾਉਣੀ ਹੈ ਜਾਂ ਏਮਪਲੋਇਰਸ ਨੇ ਐਲ ਐਮ ਆਈ ਏ ਅਪਲਾਈ ਕਰਨਾ ਹੈ ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਹਾਰਤ ਰੱਖਦੇ ਨੇ ਇਸ ਲਈ ਆਪਣੀਆਂ ਸਾਰੀਆਂ ਇਮੀਗ੍ਰੇਸ਼ਨ ਨੀਡਸ ਲਈ ਨੀਟ ਇਮੀਗ੍ਰੇਸ਼ਨ ਨੂੰ ਹੀ ਚੁਣੋ ਨੀਟ ਇਮੀਗ੍ਰੇਸ਼ਨ ਦਿਓ ਆਪਣੇ ਸੁਪਨਿਆਂ ਨੂੰ ਪਰਵਾਜ਼ ਕਾਲ 6045477100 ਜਾਂ ਯਾਰਕ ਸੈਂਟਰ ਵਿਖੇ ਇਹਨਾਂ ਦੇ ਆਫਿਸ ਵਿੱਚ ਮਿਲੋ ਘਰ ਤਾਂ ਤੁਹਾਡਾ ਸੋਹਣਾ ਹੋ ਐਕਚੁਅਲੀ ਅਸੀਂ ਸਾਰਾ ਡੈਕੋਰ ਚੇਂਜ ਕੀਤਾ ਨਾ ਫਰਨੀਚਰ ਵਿੰਡੋ ਬਲਾਈਂਡਸ ਵਾਲ ਹੈਂਗਿੰਗ ਸਭ ਅਪ ਟੂ ਡੇਟ ਹੈ ਪੈਂਜੀ ਬੁਰਾ ਨਾ ਮਨਾਇਓ ਸਭ ਕੁਝ ਇੰਨਾ ਸ਼ਾਨਦਾਰ ਤੇ ਫਲੋਰ ਖਸਤਾ ਹਾਂ ਕਾਰ ਦਾ ਸਭ ਤੋਂ ਇੰਪੋਰਟੈਂਟ ਹਿੱਸਾ ਹੈ ਫਲੋਰ ਫਿਰ ਤੁਸੀਂ ਕਿਉਂ ਕੀਤਾ ਇਗਨੋਰ ਕਾਰਪਟ ਗੈਲਰੀ ਜਾਓ ਥੀਏਟਰ ਰੂਮ ਕਾਰਪੇਟਸ ਵਾਟਰਪੂਫ ਲਮੀਨੇਟ ਇੰਜੀਨੀਅਰਡ वुਡ ਅਤੇ ਏਰੀਆ ਰਗਸ ਵਿੱਚੋਂ ਕੁਛ ਵੀ ਚੁਣ ਲਿਓ ਕਾਰਪਟ ਗੈਲਰੀ ਐਂਡ ਫਲੋਰਿੰਗ ਬੈਸਟ ਕਸਮਰ ਸਰਵਿਸ ਐਂਡ ਰੀਜ਼ਨੇਬਲ ਰੇਟਸ ਕਾਲ 6046185492 ਵਿਜ਼ਿਟ ਕਾਰਪਟ ਗੈਲਰੀ ਐਂਡ ਫਲੋਰਿੰਗ 6716 ਕਿੰਗ ਜਾਰਜ ਬੁਲੇਵਰਡ ਸਰੀ ਹੁਣ ਸਰੀ ਵਿੱਚ ਖੁੱਲ ਗਿਆ ਹੈ ਮਾਨਯਵਰ ਮੋਹੇ ਕਿਸੇ ਵੀ ਰਸਮ ਤਿਉਹਾਰ ਜਾਂ ਵਿਆਹ ਦੇ ਫੰਕਸ਼ਨ ਦੀ ਸ਼ਾਪਿੰਗ ਲਈ ਜ਼ਰੂਰ ਆਓ ਇੱਥੇ ਤੁਹਾਨੂੰ ਕੁੜਤਾ ਪਜਾਮਾ ਜੈਕਟ ਸੂਟ ਅਤੇ ਜੁੱਤੀ ਵਰਗੀ ਸਾਰੀਆਂ ਆਈਟਮਸ ਮਿਲਣ ਗਿਆ ਅਸੀਂ ਆ ਤੁਹਾਡੇ ਸਵਾਗਤ ਲਈ ਤਿਆਰ ਮਾਨਯਵਰ ਮੋਹੇ 1247788 ਐਵੇਨਿਊ ਸਰੀ ਕਾਲ 2364714777 ਕਨੈਕਟ FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ 바ਸੂ ਜੀ ਵੀਡੀਓ ਸਟ੍ਰੀਮ ਤੇ ਸਵਾਲ ਆਇਆ ਸੀ ਕਿ ਸਿਟੀ ਆਫ ਵੈਨਕੂਵਰ ਦੇ ਹੁਣ ਕਰੰਟ ਮੌਜੂਦਾ ਮੇਅਰ ਕੌਣ ਹਨ ਸਹੀ ਜਵਾਬ ਸੀ ਆਪਸ਼ਨ ਨੰਬਰ 2 ਕੈਨ ਸਿਮ ਜੀ ਬਿਲਕੁਲ ਤੇ ਬਹੁਤ سارے ਸਹੀ ਜਵਾਬ ਆਏ ਨੇ ਕੰਟੈਸਟ ਦੇ ਅੱਜ ਦੇ ਵਿਨਰ ਬਣੇ ਨੇ ਮੀਤ ਕਰਨਦੀਪ ਜੀ ਮੀਤ ਕਰਨਦੀਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੁਸੀਂ ਥਿੰਕ ਇੰਸ਼ੋਰੈਂਸ ਵੱਲੋਂ 25 ਡਾਲਰ ਦਾ ਗੈਸ ਕਾਰਡ ਜਿੱਤ ਗਏ ਹੋ ਆਪਣਾ ਪ੍ਰਾਈਜ਼ ਕਲੇਮ ਕਰਨ ਦੇ ਲਈ ਤੁਸੀਂ ਸਾਡੇ ਫਰੰਟ ਡੈਸਕ ਤੇ ਕਾਲ ਕਰਿਓ 60496109156049040915 ਤੇ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ thinkinsurance.ca ਤੇ ਜਾਓ that's thinkinsurance.ca ਵਾਸੂਜੀ ਵੈਨਕੂਵਰ ਦੇ ਮੇਅਰ ਨਾਲ ਸੰਬੰਧਤ ਸਵਾਲ ਸੀ ਤੇ ਵੈਨਕੂਵਰ ਨਾਲ ਸੰਬੰਧਿਤ ਹੀ ਅਗਲੀ ਜਿਹੜੀ ਖਬਰ ਆ ਪਾਉਂਦੇ ਬਾਰੇ ਗੱਲ ਕਰੀਏ ਕਿ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਜਿਸ ਤਰ੍ਹਾਂ ਤੰਬੂਆਂ ਦੇ ਵਿੱਚ ਟੈਂਟ ਇਨ ਕੈਂਪਮੈਂਟ ਕਰਕੇ ਲੋਕ ਰਹਿ ਰਹੇ ਸੀ ਇਹ ਇੱਕ ਬਹੁਤ ਵੱਡਾ ਇੱਕ ਕਨਸਰਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਣਿਆ ਹੋਇਆ ਇਨਫੈਕਟ ਲਾਸਟ ਈਅਰ ਸਮਰ ਦੇ ਵਿੱਚ ਜਿਹੜੇ ਵੈਨਕੂਵਰ ਦੇ ਫਾਇਰ ਚੀਫ ਨੇ ਉਹਨਾਂ ਨੇ ਇਹ ਗੱਲ ਵੀ ਆਖੀ ਸੀ ਕਿ ਇਹ ਫਾਇਰ ਹੈਜ਼ਰਡ ਬਹੁਤ ਸਬਸਟੈਂਸ਼ੀਅਲ ਬਣ ਚੁੱਕਾ ਕਿਉਂਕਿ ਉਥੇ ਕੁਝ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਵੀ ਸੀ ਇਸ ਸਾਲ ਵੀ ਇਵਨ ਡੂਰਿੰਗ ਦਾ ਫਰਸਟ 3 ਮੰਥਸ ਆਫ ਦਾ ਈਅਰ 12 ਫਾਇਰ ਇਨਸੀਡੈਂਟਸ ਹੋ ਚੁੱਕੇ ਨੇ ਉਥੇ ਟੈਂਟਨ ਕੈਂਪਿੰਗਸ ਦੇ ਵਿੱਚ ਬਾਕੀ ਲਾ ਐਂਡ ਆਰਡਰ ਤੇ ਕ੍ਰਾਈਮ ਦੀ ਸਿਚੁਏਸ਼ਨ ਵੀ ਖਾਸੀ ਖਰਾਬ ਰਹੀ ਹੈ ਅਸੀਂ ਉਹ ਖਬਰਾਂ ਵੀ ਸਾਂਝੀਆਂ ਕਰਦੇ ਰਹੇ ਹਾਂ ਭਾਵੇਂ ਅਸੌਲਟਸ ਦੀ ਗੱਲ ਹੋਵੇ ਭਾਵੇਂ ਉਥੇ ਇੱਕ ਵਿਅਕਤੀ ਨੂੰ ਜਦੋਂ ਕ੍ਰੋਸਬੋਅ ਦੇ ਨਾਲ ਉਹ ਛਾਤੀ ਦੇ ਵਿੱਚ ਉਹਨੂੰ ਅਟੈਕ ਕਰ ਦਿੱਤਾ ਗਿਆ ਸੀ ਹੋਰ ਇੱਕ ਜਿਹੜੀ ਟ੍ਰਾਂਸ ਲਿੰਕ ਦੀ ਬੱਸ ਸੀਗੀ ਸੋ ਇਸ ਤਰ੍ਹਾਂ ਦੇ ਵੀ ਜਿਹੜੇ ਇਸ਼ੂਜ਼ ਉੱਥੇ ਬਣਦੇ ਰਹੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਲੈ ਕੇ ਸਮੱਸਿਆ ਵੱਧ ਤੋਂ ਵੱਧ ਹੁੰਦੀ ਰਹੀ ਉਸ ਤੋਂ ਬਾਅਦ ਫਿਰ ਬੀਤੇ ਦਿਨਾਂ ਤੋਂ ਵੈਸੇ ਤੇ ਜਦੋਂ ਤੋਂ ਡੇਵਿਡ ਈਬੀ ਨੇ ਲੀਡਰਸ਼ਿਪ ਰੇਸ ਦੇ ਵਿੱਚ ਕਦਮ ਰੱਖਿਆ ਸੀ ਉਦੋਂ ਤੋਂ ਹੀ ਗੱਲ ਸ਼ੁਰੂ ਹੋ ਗਈ ਸੀ ਕਿ ਜੀ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਕਾਰਵਾਈ ਕਰਨ ਵਾਸਤੇ ਹੁਣ ਸੂਬਾ ਸਰਕਾਰ ਵੀ ਹੋਰ ਜ਼ਿਆਦਾ ਦਿਲਚਸਪੀ ਲੈ ਰਹੀ ਸੀ ਤੇ ਕਾਰਵਾਈ ਉਹਨਾਂ ਨੇ ਮੇਨ ਪਹਿਲਾਂ ਫੋਕਸ ਇਸ ਗੱਲ ਤੇ ਰੱਖਿਆ ਕਿ ਜਿਹੜੇ ਲੋਕ ਉੱਥੇ ਟੈਂਟਸ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਰਹਿائش ਮੁਹੱਈਆ ਕਰਾਈ ਜਾਵੇ ਬੀਤੇ ਦਿਨੀ ਅੰਕੜਾ ਆਇਆ ਸੀ ਕਿ 117 ਲੋਕ ਨੇ ਜਿਹੜੇ ਉੱਥੇ ਤੰਬੂਆਂ ਦੇ ਵਿੱਚ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਇਹ ਵੀ ਪਤਾ ਲੱਗਾ ਵੀ ਤਕਰੀਬਨ 40 ਕਿ ਲੋਕਾਂ ਦਾ ਗਰੁੱਪ ਅਜਿਹਾ ਜਿਹੜੇ ਕਿ ਉੱਥੋਂ ਕੋਈ ਵੀ ਆਲਟਰਨੇਟਿਵ ਹਾਊਸਿੰਗ ਦਾ ਜਿਹੜਾ ਅਰੇਂਜਮੈਂਟ ਉਹਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਉਹਨੂੰ ਮਨਜ਼ੂਰ ਕਰਨ ਤੋਂ ਉਹ ਉਹ ਤੇ ਹਾਮੀ ਨਹੀਂ ਭਰ ਰਹੇ ਕੱਲ੍ਹ ਵਸੂਰੀ ਫੇਰ ਸਿਟੀ ਆਫ ਵੈਂਕੂਵਰ ਵੱਲੋਂ ਪੂਰੀ ਕਾਰਵਾਈ ਵਢੀ ਗਈ ਕਹਿੰਦੇ ਬਲਾਕ ਬਾਈ ਬਲਾਕ ਇਹ ਸਾਰੀਆਂ ਟੈਂਟਨ ਕੈਂਪਮੈਂਟਸ ਹਟਾਉਣੀਆਂ ਨੇ ਉਹਦੇ ਵਿੱਚ ਫਿਰ ਵੈਂਕੂਵਰ ਪੁਲਿਸ ਦੀ ਵੀ ਮਦ ਬਿਲਕੁਲ ਵਿਜੇ ਜੀ ਪਿਛਲੇ ਤਕਰੀਬਨ 8 ਮਹੀਨਿਆਂ ਤੋਂ ਹੂੰ ਦੇਖੋ ਪਿਛਲੇ ਸਾਲ ਜੁਲਾਈ ਦੇ ਵਿੱਚ ਵੈਂਕੂਵਰ ਦੇ ਫਾਇਰ ਚੀਫ ਜੀ ਕੈਰਨ ਫਰਾਈ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਸੀ ਉਹਨਾਂ ਨੇ ਕਿਹਾ ਸੀ ਬਹੁਤ ਵੱਡਾ ਫਾਇਰ ਹੈਜ਼ਰਡ ਹੈਗਾ ਇਹਨਾਂ ਟੈਂਟਸ ਕਰਕੇ ਤੇ ਇਹ ਜਿਹੜੇ ਸਾਰੇ ਟੈਂਟ ਹਟਾ ਦਿੱਤੇ ਜਾਣ ਉਸ ਤੋਂ ਬਾਅਦ ਸਿਟੀ ਵੱਲੋਂ ਉਸ ਆਰਡਰ ਨੂੰ ਆਧਾਰ ਬਣਾ ਕੇ ਕਈ ਵਾਰ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿਟੀ ਦਾ ਇਹ ਦਾਅਵਾ ਕਹਿੰਦੇ ਸੀ 8 ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਟੈਂਟਸ ਨੂੰ ਹਟਾਇਆ ਜਾ ਸਕੇ ਜਿਹੜੇ ਉੱਥੇ ਲੋਕ ਬੇਘਰੇ ਲੋਕ ਟੈਂਟਸ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਆਪਸ਼ਨਸ ਮੁਹੱਈਆ ਕਰਾਏ ਜਾਣ ਕਿ ਤੁਸੀਂ ਸ਼ੈਲਟਰ ਚਲੇ ਜਾਓ ਐਸਆਰਓਜ਼ ਦੇ ਵਿੱਚ ਚਲੇ ਜਾਓ ਪਰ ਕਹਿੰਦੇ ਵੀ ਉਹ ਐਕਸੈਪਟ ਨਹੀਂ ਕਰ ਰਹੇ ਤੇ ਉਹ ਫਿਰ ਕੱਲ ਮੇਅਰ ਕੈਨਸਮ ਨੇ ਆ ਕੇ ਕਿਹਾ ਵੀ ਵੀਰੀਚਡ ਅ ਟਰਨਿੰਗ ਪੁਆਇੰਟ ਕਹਿੰਦੇ ਵੀ ਹੁਣ ਉਹ ਇੱਕ ਕਹੋ ਵੀ ਉਹ ਮੋੜ ਆ ਗਿਆ ਵੀ ਹੁਣ ਸਾਨੂੰ ਕੋਈ ਕਾਰਵਾਈ ਕਰਨੀ ਪੈ ਇਹ ਗੱਲ ਪਰ ਤੱਕ ਹੋ ਗਈ ਕਿ ਇਹ ਲੋਕ ਹੁਣ ਕੋਆਪਰੇਟ ਨਹੀਂ ਕਰ ਰਹੇ ਸਿਟੀ ਅਫੀਸ਼ੀਅਲਸ ਨਾਲ ਕਿਉਂਕਿ ਸਿਟੀ ਅਫੀਸ਼ੀਅਲਸ ਨਾਲ ਜਿਹੜੇ ਸਿਵਲ ਅਫੀਸ਼ੀਅਲਸ ਨੇ ਵੀ ਉਹਨਾਂ ਦੇ ਨਾਲ ਜੇ ਉਹ ਕੋਆਪਰੇਟ ਨਹੀਂ ਕਰ ਰਹੇ ਇਸ ਕਰਕੇ ਫਿਰ ਪੁਲਿਸ ਦੀ ਮਦਦ ਮੰਗੀ ਗਈ ਸੋ ਵੈਂਕੂਵਰ ਪੁਲਿਸ ਡਿਪਾਰਟਮੈਂਟ ਨੂੰ ਇਨਵੋਲਵ ਕੀਤਾ ਗਿਆ ਤੇ ਪੁਲਿਸ ਦੇ 100 ਤੋਂ ਵੀ ਜ਼ਿਆਦਾ ਕਹਿੰਦੇ ਆਫੀਸਰਸ ਇਹ ਕੁਝ ਐਸਟੀਮੇਟਸ ਨੇ ਟੋਟਲ ਕਹਿੰਦੇ 140 ਸਿਗੇ ਸਿਟੀ ਦੇ ਅਫੀਸ਼ੀਅਲਸ ਤੇ ਪੁਲਿਸ ਆਫੀਸਰਸ ਮਿਲਾ ਕੇ ਜਿਹੜੇ ਉੱਥੇ ਪਹੁੰਚੇ ਸਵੇਰੇ ਹੀ ਕਾਰਵਾਈ ਸ਼ੁਰੂ ਹੋ ਗਈ ਤੇ ਇਹਦੇ ਬਾਰੇ ਵੀ ਜੀ ਵੈਸੇ 2 ਦਿਨ ਪਹਿਲਾਂ ਮੀਡੀਆ ਦੇ ਵਿੱਚ ਉਹ ਖਬਰਾਂ ਵੀ ਆ ਗਈਆਂ ਸੀ ਲੀਕ ਹੋ ਗਈ ਸੀ ਜਿਹੜਾ ਇੱਕ ਜਿਹੜਾ ਪੁਲਿਸ ਦਾ ਮੈਮੋ ਲੀਕ ਹੋ ਗਿਆ ਸੀ ਤੇ ਉਹਦੇ ਵਿੱਚ ਇਹ ਗੱਲ ਸਾਫ਼ ਲਿਖੀ ਹੋਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਵਾਈ ਹੋਣ ਲੱਗੀ ਆ ਤੇ ਉਹ ਗੱਲ ਸੱਚ-ਸਾਬਤ ਹੋਈ ਸੋ ਕਾਰਵਾਈ ਕੱਲ ਸਵੇਰੇ ਸਵੇਰੇ ਸ਼ੁਰੂ ਹੋਈ ਉਸ ਤੋਂ ਬਾਅਦ ਇੱਕ ਅੱਜ ਜਿਹੜੀ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਮੇਅਰ ਵੀ ਆਏ ਬੈਂਕੂਵਰ ਪੁਲਿਸ ਦਾ ਡਿਪਾਰਟਮੈਂਟ ਦੇ ਚੀਫ ਐਡਮ ਪਾਰਮਰ ਵੀ ਆਏ ਤੇ ਨਾਲ ਫਾਇਰ ਚੀਫ ਕੈਰਨ ਫ੍ਰਾਈ ਵੀ ਸਗੇ ਸੋ ਇਹਨਾਂ ਨੇ ਪ੍ਰੈਸ ਕਾਨਫਰੈਂਸ ਦੇ ਵਿੱਚ ਆਪਣੋ ਆਪਣੀ ਰੀਜ਼ਨਿੰਗ ਦਿੱਤੀ ਸੋ ਕੈਨਸਮ ਬਾਰੇ ਤੁਹਾਨੂੰ ਦੱਸਿਆ ਗਿਆ ਵੀ ਉਹਨਾਂ ਨੇ ਕਿਹਾ ਵੀ ਟਰਨਿੰਗ ਪੁਆਇੰਟ ਆ ਗਿਆ ਸੀ 8 ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਸੀ ਐਡਮ ਪਾਰਮਰ ਨੇ ਦੱਸਿਆ ਜਿਹੜੇ ਵੈਂਕੂਵਰ ਪੁਲਿਸ ਚੀਫ ਚੀਫ ਨੇ ਉਹ ਕਹਿੰਦੇ ਵੀ ਜਿਹੜੇ ਸਟਰੀਟ ਅਸੌਲਟਸ ਨੇ ਇਹਨਾਂ ਨੇ ਕੈਂਪਿੰਗਸ ਦੇ ਜਿਹੜੇ ਹਮਲੇ ਵਗੈਰਾ ਹੋ ਰਹੇ ਨੇ ਰੈਂਡਮ ਅਟੈਕਸ ਹੋ ਰਹੇ ਨੇ ਕਹਿੰਦੇ ਉਹ 27% ਵੱਧ ਗਏ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਤੇ ਫਾਇਰ ਚੀਫ ਨੇ ਦੱਸਿਆ ਕਹਿੰਦੇ ਕਿ ਪਿਛਲੇ 8 ਮਹੀਨਿਆਂ ਦੇ ਵਿੱਚ ਅਸੀਂ ਕਹਿੰਦੇ 1600 ਤੋਂ ਵੀ ਜ਼ਿਆਦਾ ਪ੍ਰੋਪੇਨ ਟੈਂਕਸ ਜੀ ਕਹਿੰਦੇ ਇਹਨਾਂ ਇਨਕੈਂਪਮੈਂਟਸ ਦੇ ਵਿੱਚੋਂ ਅਸੀਂ ਰਿਮੂਵ ਕਰ ਚੁੱਕੇ ਹਾਂ ਕਹਿੰਦੇ ਇੱਕ ਪ੍ਰੋਪੇਨ ਟੈਂਕ ਜੇ ਬਲਾਸਟ ਕਰ ਜਾਂਦਾ ਤੁਹਾਨੂੰ ਪਤਾ ਵੀ ਉਹਦੇ ਨਾਲ ਕਿੰਨੋ ਹੋ ਸਕਦਾ ਕਿੰਨਾ ਨੁਕਸਾਨ ਹੋ ਸਕਦਾ ਕਿ ਇਹ 1600 ਤੋਂ ਵੀ ਜ਼ਿਆਦਾ ਪ੍ਰੋਪੇਨ ਟੈਂਕਸ ਅਸੀਂ ਹਟਾਏ ਨੇ ਤੇ ਕਿੰਨੇ ਜ਼ਿਆਦਾ ਉਥੇ ਫਾਇਰ ਨਾਲ ਸੰਬੰਧਿਤ ਇਨਸੀਡੈਂਟਸ ਹੋ ਚੁੱਕੇ ਨੇ ਇਹ ਸਾਰੇ ਉਹਨਾਂ ਨੇ ਅੰਕੜੇ ਸਾਂਝੇ ਕੀਤੇ ਸੋ ਬੇਸਿਕਲੀ ਆਪਣੀ ਸਾਰੀ ਰੀਜ਼ਨਿੰਗ ਦਿੱਤੀ ਗਈ ਉਹਨਾਂ ਵੱਲੋਂ ਤੇ ਬਸੋ ਜੀ ਇਸ ਗੱਲ ਨੂੰ ਲੈ ਕੇ ਜਿਹੜਾ ਇੱਕ ਤੁਸੀਂ ਇਹ ਕਹਿ ਲਓ ਜਿਹੜਾ ਰਿਐਕਸ਼ਨ ਆ ਉਹ ਕਿਹੋ ਜਿਹਾ ਆ ਰਿਹਾ ਕਈਆਂ ਦਾ ਤਾਂ ਇਹ ਕਹਿਣਾ ਵੀ ਜਿਹੜੇ ਇਹ ਬੇਕਰੇ ਲੋਕ ਨੇ ਇਹਨਾਂ ਵਾਸਤੇ ਆਲਟਰਨੇਟਿਵ ਅਰੇਂਜਮੈਂਟ ਕਿੱਥੇ ਕਰਨਾ ਦੂਜੀ ਕਿਉਂਕਿ ਕਈਆਂ ਨੂੰ ਜਦੋਂ ਬੀਤੇ ਦਿਨਾਂ ਦੇ ਵਿੱਚ ਹਾਊਸਿੰਗ ਆਫਰ ਕੀਤੀ ਗਈ ਕਈ ਕਹਿੰਦੇ ਵੀ ਅਸੀਂ ਐਸਆਰਓ ਦੇ ਵਿੱਚ ਨਹੀਂ ਰਹਿਣਾ ਕਿਉਂਕਿ ਜੀ ਉੱਥੇ ਰਹਿਣ ਯੋਗ ਹਾਲਾਤ ਨਹੀਂ ਹੈਗੇ ਤੁਸੀਂ ਇਹ ਸੋਚੋ ਇੱਕ ਵਿਅਕਤੀ ਜਿਹੜਾ ਸਟਰੀਟ ਤੇ ਰਹਿ ਰਿਹਾ ਉਹ ਕਹਿੰਦਾ ਕਿ ਜਿਹੜੀ ਤੁਸੀਂ ਮੈਨੂੰ ਰਹਾਇਸ਼ ਪ੍ਰਦਾਨ ਕਰ ਰਹੇ ਹੋ ਉਹ ਮੇਰੇ ਲਈ ਜ਼ਿਆਦਾ ਅਸੁਰੱਖਿਅਤ ਹੈ ਰਦਰਦਰ ਬੀਇੰਗ ਔਨ ਦ ਸਟਰੀਟ ਉਹਦਾ ਵਿਜੇ ਜੀ ਇੱਕ ਰੀਜ਼ਨ ਵੱਡਾ ਇਹ ਹੈ ਅਸਲ ਰੀਜ਼ਨ ਜਿਹੜਾ ਹੈਗਾ ਕਿ ਸਟਰੀਟ ਤੇ ਉਹਨਾਂ ਨੂੰ ਆਪਣੇ ਮਨ ਮੁਤਾਬਕ ਰਹਿਣ ਦੀ ਖੋਲ ਹੈ ਤੇ ਐਸਆਰਓ ਦੇ ਵਿੱਚ ਜਾਂ ਕੋਈ ਸ਼ੈਲਟਰਸ ਦੇ ਵਿੱਚ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਹੁੰਦੀਆਂ ਹਨ ਲੈ ਰਹਿਣ ਸਹਣ ਦੇ ਉੱਤੇ ਵੀ ਉੱਥੇ ਇੱਕ ਤਾਂ ਕਰਫਿਊ ਟਾਈਮ ਹੁੰਦਾ ਕਿ ਰਾਤ ਨੂੰ ਇੰਨੇ ਵਜੇ ਤੋ ਪਹਿਲਾਂ ਪਹਿਲਾਂ ਤੁਹਾਨੂੰ ਵਾਪਸ ਆਣਾ ਪੈਗਾ ਨਹੀਂ ਤਾਂ ਬੰਦ ਹੋ ਜਾਏਗਾ ਸ਼ੈਲਟਰ ਇੱਕ ਹੁੰਦਾ ਵੀ ਤੁਸੀਂ ਆਪਣੇ ਕੋਲ ਕੋਈ ਵੈਪਨ ਨਹੀਂ ਰੱਖ ਸਕਦੇ ਆਪਣੇ ਕੋਲ ਤੁਸੀਂ ਡਰੱਗਸ ਨਹੀਂ ਰੱਖ ਸਕਦੇ ਉੱਥੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ ਸੋ ਜਿਹੜੀਆਂ ਹੋਰ ਰੈਸਟ੍ਰ ਉਹ ਉਤੋਂ ਚੱਲਦੇ ਨੇ ਬੇਸਿਕਲੀ ਕਈ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਨੇ ਪ੍ਰੋਬਲਮ ਤਾਂ ਵਸੂ ਹੀ ਦੇਖੋ ਇਹ ਹੈ ਕਿ ਇਹ ਤਿੰਨ ਚਾਰ ਕ੍ਰਾਈਸਿਸ ਇਕੱਠੇ ਹੋ ਗਏ ਨਾ ਇੱਕ ਤਾਂ ਡਰਗ ওভারਡੋਸ ਦਾ ਕ੍ਰਾਈਸਿਸ ਆ ਜਿਹੜਾ ਮੈਂਟਲ ਹੈਲਥ ਦਾ ਮੈਂਟਲ ਹੈਲਥ ਦਾ ਕ੍ਰਾਈਸਿਸ ਐਡਿਕਸ਼ਨ ਦਾ ਕ੍ਰਾਈਸਿਸ ਤੇ ਹੋਮਲੈਸਨੈਸ ਦਾ ਕ੍ਰਾਈਸਿਸ ਇਹ ਤਿੰਨ ਚੀਜ਼ਾਂ ਦਾ ਮਿਲਗੋਬਾ ਹੋਇਆ ਜਿਹਦੇ ਕਰਕੇ ਡਾਊਨਟਾਊਨ ਈਸ ਸਾਈਡ ਦੇਖੋ ਬਹੁਤ ਲੰਬੇ ਸਮੇਂ ਤੋਂ ਉੱਥੇ ਜਿਹੜੇ ਬੇਕਰੇ ਲੋਕ ਨੇ ਉਹਨਾਂ ਦੀ ਗਿਣਤੀ ਰਹੀ ਆ ਅਨਫੋਰਚਨਟਲੀ ਪਰ ਪਿਛਲੇ 2-3 ਸਾਲਾਂ ਦੇ ਵਿੱਚ ਉਹਦੇ ਨਾਲ ਸੰਬੰਧਿਤ ਜਿਹੜਾ ਲੈਵਲ ਆਫ ਕ੍ਰਾਈਮ ਆ ਉਹ ਇੱਕ ਬਹੁਤ ਵੱਡਾ ਚਿੰਤਾ ਦਾ ਕਾਰਨ ਬਣ ਗਿਆ ਹੋਇਆ ਜਿਦੇ ਕਰਕੇ ਉਹ ਜਿਹੜਾ ਹੁਣ ਕ੍ਰਾਈਮ ਹੈ ਬਾਕੀ ਦੇ ਡਾਊਨਟਾਊਨ ਦੇ ਏਰੀਆਜ਼ ਦੇ ਵਿੱਚ ਵੀ ਫੈਲਣਾ ਸ਼ੁਰੂ ਹੋ ਗਿਆ ਲੋਕਾਂ ਦਾ ਜਿਹੜਾ ਇੱਕ ਸੈਂਸ ਆਫ ਪਬਲਿਕ ਸੇਫਟੀ ਹੈ ਸੈਂਸ ਆਫ ਆਪਣੀ ਇੰਡੀਵਿਜੂਅਲ ਸੇਫਟੀ ਆ ਉਹ ਪ੍ਰਭਾਵਿਤ ਹੋਣ ਲੱਗ ਗਈ ਹੁਣ ਕੱਲ ਦੀ ਜਿਹੜੀ ਇਹ ਕਾਰਵਾਈ ਹੈ ਇਹਨੂੰ ਕੁਝ ਲੋਕਾਂ ਵੱਲੋਂ ਇੰਝ ਦੇਖਿਆ ਜਾ ਰਿਹਾ ਵੀ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਡਿਸਾਈਸਿਵ ਕਾਰਵਾਈ ਕੀਤੀ ਜਾਣੀ ਵੀ ਬੜਾ ਇਹ ਕਈਆਂ ਕਈ ਲੋਕ ਇਸ ਦਾ ਸਵਾਗਤ ਕਰ ਰਹੇ ਨੇ ਦੂਜਿਆਂ ਦਾ ਇਹ ਕਹਿਣਾ ਕਿ ਜਿਹੜੇ ਇਹ ਵਿਅਕਤੀ ਨੇ ਇਹਨਾਂ ਨੂੰ ਜਦੋਂ ਤੱਕ ਪ੍ਰੋਪਰ ਤੁਸੀਂ ਸ਼ੈਲਟਰ ਸਪੇਸ ਪ੍ਰੋਪਰ ਜਿਹੜੀਆਂ ਸਪੋਰਟਸ ਇਹਨਾਂ ਨੂੰ ਚਾਹੀਦੀਆਂ ਨੇ ਜੇ ਉਹ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਤੇ ਇਹ ਸਾਰੀ ਸਾਰੀ ਕਾਰਵਾਈ ਨਿਰਾਧਾਰ ਰਹਿ ਜਾਣੀ ਇਹਦਾ ਕੋਈ ਫਾਇਦਾ ਨਹੀਂ ਕੁਝ ਵਿਅਕਤੀ ਹੁਣ ਇਹ ਵੀ ਕਹਿ ਰਹੇ ਨੇ ਦੇਖਣਾ ਇਹ ਹੋਏਗਾ ਕਿ ਜਿਨ੍ਹਾਂ ਨੂੰ ਕੱਲ ਡਿਸਪਲੇਸ ਕੀਤਾ ਗਿਆ ਉਫ ਕਿਤੇ ਹੋਰ ਜਾ ਕੇ ਤੇ ਨਹੀਂ ਹੁਣ ਤੰਬੂ ਗੱੜ ਲੰਦੇ ਵੀਰੇ ਜੀ ਉੱਥੇ ਉਹ ਵਾਪਸ ਆ ਜਾਣਗੇ ਕੱਲ ਵੀ ਬਹੁਤ ਸਾਰੇ ਕਾਲਰਸ ਨੇ ਕੱਲ ਸ਼ਾਮ ਵਾਲੇ ਸ਼ੋਚੇ ਦੇ ਬਾਰੇ ਗੱਲ ਕਰ ਰਹੇ ਸੀ ਬਹੁਤ ਸਾਰੇ ਕਾਲਰਸ ਨੇ ਫੋਨ ਕਰਕੇ ਉਥੋਂ ਅਖੀਰ ਟਹਾ ਹਾਲ ਦੱਸਿਆ ਕਹਿੰਦੇ ਕਿ ਅਸੀਂ ਦੇਖ ਰਹੇ ਹਾਂ ਕਿ ਦੁਕਾਨਾਂ ਬੰਦ ਹੋ ਰਹੀਆਂ ਨੇ ਤੇ ਉਹ ਜਿਹੜੇ ਜਿਹੜੇ ਲੋਕਾਂ ਨੂੰ ਉਥੋਂ ਟੈਂਟਸ ਦੇ ਵਿੱਚੋਂ ਹਟਾਇਆ ਗਿਆ ਸੀ ਕੱਢਿਆ ਗਿਆ ਸੀ ਉੱਥੇ ਵਾਪਸ ਆ ਕੇ ਬੰਦ ਦੁਕਾਨਾਂ ਦੇ ਸਾਹਮਣੇ ਆ ਕੇ ਡੇਰਾ ਜਮਾ ਰਹੇ ਨੇ ਇੱਕ ਵਾਰ ਫਿਰ ਤੋਂ ਵੀਰੇ ਜੀ ਇਹ ਪਹਿਲਾਂ ਵੀ ਸਾਨੂੰ ਅਸੀਂ ਦੇਖਿਆ ਸਟ੍ਰੈਥ ਕੋਨਾ ਪਾਰਕ ਹੋਵੇ ਓਪਨ ਹਾਰਮ ਪਾਰਕ ਹੋਵੇ ਕ੍ਰੈਪ ਪਾਰਕ ਹੋਵੇ ਹਟਾਇਆ ਜਾ ਚੁੱਕਿਆ ਪਰ ਉਹ ਐਨਕੈਂਪਮੈਂਟਸ ਦੁਬਾਰਾ ਤੋਂ ਉਹ ਸਥਾਪਿਤ ਹੋ ਜਾਂਦੀਆਂ ਨੇ ਤੇ ਇਹ ਮਲਟੀਪਲ ਟਾਈਮਸ ਹੋ ਚੁੱਕਿਆ ਹੁਣ ਇੱਥੇ ਵੀ ਬਹੁਤ ਵੱਡਾ ਇੱਕ ਖਰਚਾ ਇਹੀ ਹੈ ਕਿ ਕੀ ਇਹ ਇਸ ਦਿਸ ది ਐਂਡ ਔਰ ਵੀ ਅਜੇ ਇਹ ਜਿਹੜਾ ਸਾਈਕਲ ਚੱਲਦਾ ਰਹਿਣਾ ਹੈ ਐਂਡ ਗੋਲ ਅਜੇ ਦੂਰ ਹੈ ਸੋ ਇਹਦੇ ਵਿੱਚ ਵੀ ਜੀ ਕੁਝ ਡਿਵੈਲਪਮੈਂਟਸ ਜਿਹੜੀਆਂ ਕੱਲ ਹੋਈਆਂ ਇੱਕ ਬਲੌਕ ਬਾਏ ਬਲੌਕ ਇਹ ਸਾਰੇ ਟੈਂਟਸ ਹਟਾਏ ਗਏ ਤੇ ਬਹੁਤ ਤੇਜ਼ੀ ਨਾਲ ਇਸ ਪੂਰੀ ਕਾਰਵਾਈ ਨੂੰ ਵਿੱਢਿਆ ਗਿਆ ਇਹਦੇ ਵਿੱਚ ਮੇਅਰ ਕੈਨਸੇਮ ਦਾ ਇੱਕ ਬਹੁਤ ਵੱਡਾ ਰੋਲ ਹੈ ਕੈਨਸੇਮ ਕਿਉਂਕਿ ਆਪਾਂ ਡੀਵੀਡੀ ਬਾਰੇ ਤਾਂ ਗੱਲ ਕੀਤੀ ਕੈਨ ਸਿਮਨੇਵੀ ਆਪਣੀ ਲੀਡਰਸ਼ਿਪ ਕੈਂਪੇਨ ਦੌਰਾਨ ਇਸ ਗੱਲ ਨੂੰ ਬਹੁਤ ਪ੍ਰਤੱਖ ਕੀਤਾ ਸੀ ਮੇਰਲ ਰੇਸ ਦੌਰਾਨ ਤੇ ਮਾਫ ਕਰਨਾ ਹਾ ਲੀਡਰਸ਼ਿਪ ਇਲੈਕਸ਼ਨ ਕੈਂਪੇਨ ਦੌਰਾਨ ਤੇ ਉਹਨਾਂ ਨੇ ਉਦੋਂ ਇਹ ਗੱਲ ਪ੍ਰਤੱਖ ਕੀਤੀ ਸੀ ਕਿ ਉਹ ਵੀ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਇੱਕ ਇੰਪੈਕਟ ਛੱਡਣਾ ਚਾਹੁੰਦੇ ਨੇ ਤੇ ਕੱਲ ਉਹਨਾਂ ਨੇ ਉਸ ਗੱਲ ਨੂੰ ਦਰਾਇਆ ਵੀ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਰਾ ਕੁਝ ਹੋਇਆ ਤੇ ਵਿਜੇ ਜੀ ਕੱਲ ਦੁਪਹਿਰੇ 2 ਵਜੇ ਤੱਕ ਮੰਨਿਆ ਜਾਂਦਾ ਕਿ ਸਾਰਾ ਕੁਝ ਉੱਥੇ ਸਿੱਧਾ ਪਦਰਾ ਉਹਨਾਂ ਨੇ ਕਰਤਾ ਸੀ ਸਾਰਾ ਉਹਨਾਂ ਨੇ ਜਿਹੜੇ ਟੈਂਟ ਹਟਾ ਦਿੱਤੇ ਸੀ ਪਰ 2 ਵਜੇ ਅ ਵੈਂਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਵੀ ਕੁਝ ਪ੍ਰੋਟੈਸਟਰਸ ਨੇ ਉੱਥੇ ਪ੍ਰਦਰਸ਼ਨ ਕਰਨੇ ਸ਼ੁਰੂ ਕਰਤੇ ਨੇ ਹਮ ਤੇ ਕੁਝ ਹੋਮਲੈਸ ਲੋਕਾਂ ਨੇ ਤੇ ਉਹਨਾਂ ਵਿੱਚੋਂ ਕਈ ਲੋਕਾਂ ਵੱਲੋਂ ਪ੍ਰੋਜੈਕਟਾਈਲਸ ਸੁੱਟੀਆਂ ਗਈਆਂ ਪੁਲਿਸ ਵੱਲ ਤੇ ਨਾਲ ਜਿਹੜੇ ਕੋਈ ਉਹਨਾਂ ਦੇ ਫਾਇਰ ਇਸਟਿੰਗੁਇਸ਼ਰਸ ਸੀਗੇ ਉਹ ਸਪਰੇਅ ਕੀਤੇ ਗਏ ਪੁਲਿਸ ਆਫਿਸਰਸ ਦੇ ਉੱਤੇ ਦੋਹੇ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਉਹਦੇ ਵਿੱਚੋਂ ਇੱਕ ਨੂੰ ਕਹਿੰਦੇ ਮੌਕੇ ਤੇ ਰਿਲੀਜ਼ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਤਕਰੀਬਨ 4 ਵਜੇ ਫਿਰ ਪੁਲਿਸ ਨੇ ਦੱਸਿਆ ਕਿ ਉਹ ਜਿਹੜੇ ਪ੍ਰੋਟੈਸਟਰਸ ਡਿਸਪਰਸ ਹੋ ਚੁੱਕੇ ਨੇ ਤੇ ਸਾਢੇ 4:30 ਵਜੇ ਅਪਡੇਟ ਇਹ ਆਈ ਕਿ ਹੁਣ ਈਸਟੇਸਟਿੰਗ ਸਟਰੀਟ ਨੂੰ ਦੋਨੋਂ ਦਿਸ਼ਾਵਾਂ ਵਿੱਚ ਖੋਲਣ ਵਾਸਤੇ ਉਹ ਕੰਮ ਕਰ ਰਹੇ ਨੇ ਤੇ ਦੁਪਹਿਰ ਤੱਕ ਹੀ ਮੰਨਿਆ ਜਾਂਦਾ ਕਿ ਸਾਰੇ ਟੈਂਟ ਹਟਾ ਦਿੱਤੇ ਗਏ ਸੀ ਹਟਾਈ ਕਿਵੇਂ ਗਏ ਨੇ ਉਹ ਜਿਹੜੇ 10 ਡਾਲਰ ਦਾ ਜਿਹੜਾ ਸਮਾਨ ਸੀ ਸਾਰਾ ਉਹ ਚੱਕ ਕੇ گارਬੇਜ ਟਰੱਕਸ ਦੇ ਵਿੱਚ ਸੁੱਟਿਆ ਗਿਆ ਉਹਨੂੰ ਲੈ ਕੇ ਵੀ ਕੰਸਰਨ ਹੈ ਉਹਨੂੰ ਲੈ ਕੇ ਕੰਸਰਨ ਹੈ ਕਹਿੰਦੇ ਕੋਈ ਜਿਹੜੇ ਇਹ ਐਨ ਕੈਂਪਮੈਂਟ ਵਿੱਚ ਰਹਿਣ ਵਾਲੇ ਵਿਅਕਤੀ ਸੀ ਉਹਨਾਂ ਨੂੰ ਰੀਸਾਈਕਲਿੰਗ ਬੈਗਸ ਦਿੱਤੇ ਗਏ ਆਪਣਾ ਸਮਾਨ ਇਹਦੇ ਚ ਪਾ ਲਓ ਇਸ ਕਰ ਤੇ ਬਾਕੀ ਦਾ ਸਮਾਨ ਜਿਹੜਾ ਕਹਿੰਦੇ ਸੀ ਉਹਨਾਂ ਨੂੰ گارਬੇਜ ਦੇ ਵਿੱਚ ਜਿਹੜਾ ਕੀ ਹੁੰਦਾ ਕੰਪੈਕਟਰ ਜਿਹਾ ਹੁੰਦਾ ਵੀ ਉਹਦੇ ਵਿੱਚ ਸੁੱਟਦੇ ਰਹੇ अच्छा दूसरे पासे पुलिस ਦਾ ਇਹ ਕਹਿਣਾ ਜਦੋਂ ਪਹਿਲਾਂ ਵੀ ਜੀ ਇੱਕ ਵਾਰ ਜਦੋਂ ਖਾਲੀ ਕਰਵਾਇਆ ਗਿਆ ਸੀ ਤੇ ਕਾਰਵਾਈ ਕੀਤੀ ਗਈ ਸੀ ਇਹਨਾਂ ਨੂੰ ਸਟੋਰੇਜ অপਸ਼ਨ ਦਿੱਤੇ ਗਏ ਸੀ ਕਈ ਲੋਕਾਂ ਦਾ ਇਹ ਕਹਿਣਾ ਕਿ ਇਹਨਾਂ ਨੇ ਉਸ ਸਟੋਰੇਜ ਨੂੰ ਵੀ ਇੱਕ ਪਰਮਨੈਂਟ ਸਟੋਰੇਜ ਵਾਂਗ ਇਸਤੇਮਾਲ ਕਰਨਾ ਸ਼ੁਰੂ ਕਰਤਾ ਵੀ ਉਹਨੂੰ ਵੀ ਆਪਣੀ ਮਲਕੀਅਤ ਬਣਾ ਲਿਆ ਇੱਕ ਤਰੀਕੇ ਨਾਲ ਇਸ ਕਰਕੇ ਇਸ ਵਾਰ ਉਹ অপਸ਼ਨ ਸ਼ਾਇਦ ਨਹੀਂ ਦਿੱਤਾ ਗਿਆ ਜੀ ਸੋ ਵਸੂ ਜੀ ਜਿਹੜੀ ਪੂਰੀ ਦੀ ਪੂਰੀ ਹੁਣੇ ਕਾਰਵਾਈ ਆ ਇਹਨੂੰ ਲੈ ਕੇ ਦੇਖਣਾ ਤੇ ਇਹ ਹੈ ਵੀ ਜਿਹੜੀ ਹੋਮਲੈਸਨੈਸ ਵਾਲੀ ਸਿਚੁਏਸ਼ਨ ਹੈ ਮੈਂਟਲ ਹੈਲਥ ਨੈਡਿਕਸ਼ਨ ਵਾਲਾ ਇਸ਼ੂ ਆ ਅਫੋਰਡੇਬਿਲਟੀ ਕ੍ਰਾਈਸਿਸ ਹੈ ਇਹ ਸਾਰਿਆਂ ਦਾ ਮਿਲਗੋਬਾ ਇਹਨੂੰ ਕਿਵੇਂ ਕੰਬੈਟ ਕੀਤਾ ਜਾਂਦਾ ਪਰ ਇਸ ਕਾਰਵਾਈ ਦਾ ਤੁਸੀਂ ਜੇ ਕਹਿ ਲੋ ਵੀ ਜਨਰਲ ਪਬਲਿਕ ਜੇ ਐਟ ਲਾਰਜ ਵੇਖਿਆ ਜਾਵੇ ਤੇ ਉਹ ਇਸ ਗੱਲ ਨੂੰ ਲੈ ਕੇ ਐਟ ਲੀਸਟ ਕਈਆਂ ਦਾ ਇਹ ਕਹਿਣਾ ਕਿ ਸਰਕਾਰ ਨੇ ਜਾਂ ਐਡਮਿਨਿਸਟ੍ਰੇਸ਼ਨ ਨੇ ਜੇ ਕੁਝ ਕਾਰਵਾਈ ਕੀਤੀ ਤੇ ਸਹੀ ਕਿਉਂਕਿ ਇਹ ਲਾਈਕ ਦ ਮੇਅਰ ਸੈਡ ਕਿ ਟਰਨਿੰਗ ਪੁਆਇੰਟ ਆ ਚੁੱਕਾ ਸੀ ਤੇ ਕੁਝ ਨਾ ਕੁਝ ਕੀਤਾ ਜਾਣਾ ਜ਼ਰੂਰੀ ਸੀ ਕੱਲ ਜਦੋਂ ਵਾਸੂ ਜੀ ਸਵੇਰ ਵਾਲਾ ਸ਼ੋਅ ਮੈਂ ਖਤਮ ਕਰ ਰਿਹਾ ਸੀ ਜਿਸ ਸਮੇਂ ਉਦੋਂ ਕੀ ਕਾਰਵਾਈ ਹੋਣੀ ਸ਼ੁਰੂ ਹੋਈ ਸੀ ਉਦੋਂ ਬਿਲਕੁਲ ਡਿਵੈਲਪ ਹੋਣਾ ਸ਼ੁਰੂ ਹੋਇਆ ਸੀ ਇਹ ਸਾਰਾ ਕੰਮ ਤੇ ਉਦੋਂ ਜਾਂਦੇ ਜਾਂਦੇ ਇਹ ਗੱਲ ਸਾਂਝੀ ਕੀਤੀ ਸੀ ਵੀ ਦੇਖੋ ਕੁਝ ਆਰਗੇਨਾਈਜੇਸ਼ਨਾਂ ਅਜਈਆਂ ਨੇ ਜਿਹੜੀਆਂ ਕਿ ਸੱਚਮੁੱਚ ਤੰਦ ਦੇਹੀ ਦੇ ਨਾਲ ਇਹਨਾਂ ਲੋਕਾਂ ਦੀ ਮਦਦ ਵਾਸਤੇ ਕੰਮ ਕਰ ਰਹੀਆਂ ਨੇ ਪਰ ਕੁਝ ਆਰਗੇਨਾਈਜੇਸ਼ਨਾਂ ਅਜਈਆਂ ਵੀ ਪਣਪ ਗਈਆਂ ਨੇ ਇਸ ਸਾਰੇ ਦੇ ਸਾਰੇ ਇਕੋਸਿਸਟਮ ਦੇ ਵਿੱਚ ਜਿਨ੍ਹਾਂ ਦੀ ਹੋਂਦ ਇਸੇ ਚੀਜ਼ ਦੇ ਉੱਪਰ ਡਿਪੈਂਡ ਕਰਦੀ ਹੈ ਜਦੋਂ ਤੱਕ ਜਿਹਦੇ ਜੇ ਸਮੱਸਿਆ ਬਣੀ ਰਹਿੰਦੀ ਆ ਤੇ ਜੇ ਸਮੱਸਿਆ ਦਾ ਸਮਾਧਾਨ ਹੋ ਜਾਂਦਾ ਤਾਂ ਉਹਨਾਂ ਆਰਗੇਨਾਈਜੇਸ਼ਨਾਂ ਦਾ ਆਧਾਰ ਵੀ ਕੋਈ ਨਹੀਂ ਰਹਿਣਾ ਸੋ ਕਈ ਰੌਲਾ ਪਾਉਣ ਵਾਲੀਆਂ ਆਰਗੇਨਾਈਜੇਸ਼ਨਸ ਅਜਈਆਂ ਵੀ ਨੇ ਜਿਹੜੀਆਂ ਕਿ ਇਹਨਾਂ ਹੋਮਲੈਸ ਲੋਕਾਂ ਦੀ ਬਿਹਤਰੀ ਵਾਸਤੇ ਨਹੀਂ ਲੜ ਰਹੀਆਂ ਉਹ ਆਪਣੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਲੜ ਰਹੇ ਨੇ ਜੀ ਜੀ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਜੇਕਰ ਸਰਕਾਰ ਨੇ ਹੁਣ ਇਹਨਾਂ ਲੋਕਾਂ ਨੂੰ ਇੱਥੋਂ ਹਟਾਇਆ ਤੇ ਆਪਸ਼ਨ ਕੀ ਆ ਬੈਕਅੱਪ ਆਪਸ਼ਨ ਕੀ ਇਹਨਾਂ ਲੋਕਾਂ ਵਾਸਤੇ ਵੀ ਕੱਲ ਸ਼ਾਮ ਤੱਕ ਇਹ ਕਾਰਵਾਈ ਚੱਲੀ ਉਸ ਤੋਂ ਬਾਅਦ ਨੀਰਾ ਪੈ ਗਿਆ ਉਹ ਲੋਕ ਕਿੱਥੇ ਜਾਣਗੇ ਉਹਨਾਂ ਦੇ ਸਿਰ ਤੇ ਛੱਤ ਨਹੀਂ ਸੀ ਕੋਈ ਜੀ ਤੇ ਸਰਕਾਰ ਨੂੰ ਜਦੋਂ ਪੁੱਛਦੇ ਹਾਂ ਉਹ ਕਹਿੰਦੇ ਅਸੀਂ ਇਹਨਾਂ ਨੂੰ ਹਾਊਸਿੰਗ ਆਪਸ਼ਨਸ ਉਪਲਬਧ ਕਰਵਾ ਰਹੇ ਹਾਂ ਕੱਲ तकरीबन 7:00 ਵਜੇ ਸ਼ਾਮ ਨੂੰ ਜਦੋਂ ਸ਼ਾਮਬਲਾ ਸ਼ੋਅ ਸ਼ੁਰੂ ਹੋਇਆ ਉਸ ਤੋਂ 4-5 ਮਿੰਟ ਪਹਿਲਾਂ ਹੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਮੇਅਰ ਆਫ ਵੈਂਕੂਵਰ ਵੱਲੋਂ ਜੀ ਉਹਨਾਂ ਨੇ ਦੱਸਿਆ ਕਹਿੰਦੇ ਵੀ ਅਸੀਂ ਲੋਕਾਂ ਨੂੰ ਸ਼ੈਲਟਰ ਆਪਸ਼ਨਸ ਦੇ ਰਹੇ ਹਾਂ ਕਿ ਤੁਸੀਂ ਸ਼ੈਲਟਰ ਕਹਿੰਦੇ ਸ਼ੈਲਟਰ ਸਪੇਸਿਸ ਬਹੁਤ ਘੱਟ ਹੁੰਦੀਆਂ ਨੇ ਆਮ ਤੌਰ ਤੇ ਪਰ ਕਹਿੰਦੇ ਅਸੀਂ ਇਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਅਸੀਂ ਟੈਂਟਸ ਤੋਂ ਹਟਾਇਆ ਉਹਨਾਂ ਵਾਸਤੇ ਅਸੀਂ ਕੁਝ ਸਪੇਸਿਸ ਰਿਜ਼ਰਵਡ ਰੱਖੀਆਂ ਨੇ ਕਹਿੰਦੇ ਉਹਨਾਂ ਨੂੰ ਆਪਸ਼ਨ ਦਿੱਤਾ ਗਿਆ ਉਹਨਾਂ ਚੋਂ ਸਿਰਫ 8 ਵਿਅਕਤੀਆਂ ਨੇ ਇਹ ਐਕਸੈਪਟ ਕੀਤਾ ਕਿ ਉਹ ਸ਼ੈਲਟਰ ਦੇ ਵਿੱਚ ਜਾਣ ਲਈ ਤਿਆਰ ਨੇ ਤੇ ਉਥੇ ਜਿਹੜਾ ਇੱਕ ਐਸਟੀਮੇਟ ਸੀਗਾ ਵੀ 80 ਕ ਐਮ ਸੀਗੇ ਤੇ ਤਕਰੀਬਨ 100 ਜਾਂ 117 ਲੋਕ ਉਥੇ ਸੀਗੇ ਉਹਨਾਂ ਵਿੱਚੋਂ ਸਿਰਫ 8 ਸ਼ੈਲਟਰ ਵਿੱਚ ਜਾਣ ਲਈ ਰਾਜ਼ੀ ਹੋਏ ਤੇ ਜਿਹੜੀ ਉਹ ਗੱਲ ਮੈਂ ਜਿੱਥੋਂ ਸ਼ੁਰੂ ਕੀਤੀ ਹੈ ਕਿ ਵੀ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਸਰਕਾਰ ਜੋ ਕਹਿੰਦੀ ਹੈ ਕਿ ਅਸੀਂ ਇਹਨਾਂ ਵਾਸਤੇ ਹਾਊਸਿੰਗ ਜਨਰੇਟ ਕਰ ਰਹੇ ਹਾਂ ਕਈ ਲੋਕਾਂ ਦਾ ਕਹਿਣਾ ਹੈ ਵੀ ਜੇ ਹੁਣ ਤੁਸੀਂ ਇੰਨੀ ਤੇਜ਼ੀ ਨਾਲ ਹਾਊਸਿੰਗ ਜਨਰੇਟ ਕਰ ਹੀ ਰਹੇ ਹੋ ਜੇ ਉਹ ਸਾਲ ਦੋ ਸਾਲ ਦੇ ਅੰਦਰ ਹਾਊਸਿੰਗ ਤਿਆਰ ਹੋ ਜਾਣੀ ਹੈ ਤੇ ਇਹਨੇ ਸਾਲਾਂ ਤੋਂ ਇੰਕੈਂਪਮੈਂਟ ਬਣੀ ਹੋਈ ਹੈ ਵੀ ਤੁਹਾਨੂੰ ਇਹਨੂੰ ਹਟਾਉਣ ਦੀ ਕਾਹਲੀ ਕਿਉਂ ਸੀ ਉਹ ਵੇਟੀ ਕਰ ਲੈਂਦੇ ਪਰ ਜਿਵੇਂ ਮੇਅਰ ਨੇ ਕਿਹਾ ਕਿ ਦੈਟ ਵੀ ਹੈਵ ਰੀਚਡ ਅ ਟਰਨਿੰਗ ਪੁਆਇੰਟ ਫਾਇਰ ਚੀਫ ਨੇ ਕਿਹਾ ਫਾਇਰ ਰਿਸਕ ਸੀਗਾ ਤੇ ਪੁਲਿਸ ਵਾਲਿਆਂ ਨੇ ਕਿਹਾ ਵੀ ਪਬਲਿਕ ਸੇਫਟੀ ਨੂੰ ਲੈ ਕੇ ਬਹੁਤ ਵੱਡਾ ਰਿਸਕ ਸੀ ਵੀ ਇਹ ਕਾਰਵਾਈ ਕਰਨੀ ਹੀ ਪੈਣੀ ਸੀ ਜੀ ਬਸ ਜੀ WhatsApp ਤੇ ਮੈਸੇਜ ਆਇਆ ਸਾਡੇ ਇੱਕ ਲਿਸਨਰ ਨੇ ਇਹ ਬਹੁਤ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਕਾਫੀ ਜ਼ਿਆਦਾ ਇਹ ਕੰਮਕਾਜ ਕਰਦੇ ਨੇ ਆ ਤੇ ਇਹ ਕਾਫੀ ਇਨਾਂ ਦੀ ਅੰਡਰਸਟੈਂਡਿੰਗ ਹੈਗੀ ਉਸ ਏਰੀਆ ਬਾਰੇ ਇਹਨਾਂ ਦਾ ਨਾਮ ਹਮੇਸ਼ਾ ਸੀ ਗੁਪਤ ਰੱਖਿਆ ਲੈ ਇਹਨਾਂ ਨੇ ਕਾਲ ਕੀਤਾ ਸੀ ਔਨ 에ਅਰ ਤੇ ਇਹਨਾਂ ਦਾ ਨਾਮ ਦੱਸਿਆ ਸੀ ਅੱਛਾ ਦੱਸਿਆ ਚਲੋ ਆਪਾਂ ਹਲੇ ਗੁਪਤ ਰੱਖ ਲੈਨੇ ਆ ਪਰ ਇਹਨੇ ਕਿਹਾ ਕਹਿੰਦੇ ਵੀ ਫੁੱਲੀ ਸਪੋਰਟ ਕਰਦੇ ਆਂ ਵੀ ਜੋ ਹੇਸਟਿੰਗ ਸਟਰੀਟ ਨੂੰ ਕਲੀਅਰ ਕੀਤਾ ਜਾ ਰਿਹਾ ਕਹਿੰਦੇ ਪਰ ਇਹ ਵੀ ਗੱਲ ਸਹੀ ਹੈ ਕਿ ਜਿਹੜੇ ਐਸਆ ਰੋਜ਼ ਨੇ ਉਹ ਇਹਨਾਂ ਵਿਅਕਤੀਆਂ ਨੂੰ ਰੱਖਣ ਵਾਸਤੇ ਸਹੀ ਜਗ੍ਹਾ ਨਹੀਂ ਹੈ ਜੀ ਜੀ ਆ ਵਾਸੂ ਜੀ ਦੱਸ ਦਈਏ ਕਾਰਵੋਲ ਸੈਂਟਿਸਟਰੀ ਵੱਲੋਂ ਸੂਚਨਾ ਦਿੱਤੀ ਜਾ ਰਹੀ ਹੈ ਜੇ ਤੁਹਾਨੂੰ ਇੱਕ ਵਧੀਆ ਡੈਂਟਿਸਟ ਦੀ ਪਾਲ ਹੈ ਜੋ ਕਿ ਵਧੀਆ ਡੈਂਟਲ ਸੇਵਾਵਾਂ ਪ੍ਰਦਾਨ ਕਰਦੇ ਹੋਣ ਜਿਨ੍ਹਾਂ ਦਾ ਸਟਾਫ ਪ੍ਰੋਫੈਸ਼ਨਲ ਹੋਵੇ ਤਾਂ ਕਾਰਬੋਲ ਡੈਂਟਿਸਟਰੀ ਨੂੰ ਕੰਟੈਕਟ ਕਰੋ ਜੇ ਵਿਜ਼ਡਮ ਟੀਥ ਐਕਸਟ੍ਰੈਕਸ਼ਨ ਕਰਾਉਣੀ ਆ ਡੈਂਟਲ ਇੰਪਲਾਂਟਸ ਲਵਾਉਣੇ ਨੇ ਇਨਵਿਜ਼ੀ ਲਾਈਨ ਲਵਾਉਣਾ ਹੋਵੇ ਜਾਂ ਫਿਰ ਕੋਈ ਐਮਰਜੈਂਸੀ ਡੈਂਟਲ ਸੇਵਾਵਾਂ ਚਾਹੀਦੀਆਂ ਨੇ ਤਾਂ ਕਾਰਬੋਲ ਡੈਂਟਿਸਟਰੀ ਦੇ ਡਾਕਟਰ ਅਮਨ ਕਟਾਰੀਆ ਨਾਲ ਅਪਾਇੰਟਮੈਂਟ ਬੁੱਕ ਕਰਵਾਓ ਫੋਨ ਨੰਬਰ 7789704900 7789704900 ਕਾਰਬੋਲ ਡੈਂਟਿਸਟਰੀ 2016186th ਐਵੇਨਿਊ ਲੈਂਗਲੀ ਫੋਨ 77897 door4900 website carvaultsdentistry.ca अमन चीमा जी ਦਾ ਮੈਸੇਜ ਆਇਆ ਕਿ ਕਹਿੰਦੇ ਈਸਟ ਟੇਸਟਿੰਗਸ ਤੇ ਅਜੇ ਵੀ ਟੈਂਟਸ ਹੈਗੇ ਨੇ ਹੂੰ ਹੂੰ ਸੋ ਮੇਬੀ ਉੱਥੇ ਉਹ ਦੁਬਾਰਾ ਟੈਂਟ ਬਣ ਗਏ ਨੇ ਸੋ ਕੱਲ ਜਦੋਂ ਪੁਲਿਸ ਉੱਥੇ ਕਾਰਵਾਈ ਕਰ ਰਹੀ ਸੀ ਕਹਿੰਦੇ ਇੱਕ ਵਿਅਕਤੀ ਹੋਰ ਆ ਕੇ ਟੈਂਟ ਸੈਟਅਪ ਕਰਨ ਲੱਗਾ ਸੀ ਉਹਨੂੰ ਫਿਰ ਹਟਾ ਦਿੱਤਾ ਗਿਆ ਸੀ ਪਰ ਗੱਲ ਉਹੀ ਹੈ ਕਿ ਇਹ ਹਾ ਵੀ ਰਿਵੋਲਵਿੰਗ ਡੋਰ ਤੇ ਨਹੀਂ ਬਣ ਜਾਣਾ ਅਵੀ ਐਡਮਿਨਿਸਟ੍ਰੇਸ਼ਨ ਨੇ ਇੱਕ ਵਾਰੀ ਹਟਾਏ ਟੈਂਟਸ ਤੇ ਹੁਣ ਦੁਬਾਰਾ ਜੇ ਲੱਗ ਜਾਂਦੇ ਨੇ ਆ ਉਹ ਜਿਹੜਾ ਕੱਲ ਕਨਫਰੋਂਟੇਸ਼ਨ ਕੋਈ ਇੰਨੀ ਜ਼ਿਆਦਾ ਨਹੀਂ ਹੋਈ ਆਫਕੋਰਸ ਕੋਈ ਬਹੁਤਾ ਸੁਖਾਵਾਂ ਮ ਬਾਰੇ ਇਹ ਦੇਖਣਾ ਹੋਏਗਾ ਵਸ ਜੀ ਪੂਰੀ ਸਿਚੁਏਸ਼ਨ ਡੀਲ ਕਿਵੇਂ ਹੁੰਦੀ ਹੈ ਹੋਮਲੈਸ ਲੋਕਾਂ ਨੇ ਕੱਲ ਹੀ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਹਿੰਦੇ 2 ਦਿਨ ਵੇਟ ਕਰਾਂਗੇ ਫਿਰ ਵਾਪਸ ਅਸੀਂ ਇੱਥੇ ਆਣਾ ਕਹਿੰਦੇ ਕੋਈ ਗੱਲ ਨਹੀਂ DK Floors پروگرام ਦੇ ਇਸ ਹਿੱਸੇ ਨੂੰ ਸਪான்ਸਰ ਕਰ ਰਹੇ ਨੇ ਇੰਜੀਨੀਅਰ ਵਾਈਨਲ ਤੇ ਵਾਟਰਪਰੂਫ ਲਮੀਨੇਟ ਫਲੋਰਿੰਗ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਫਲੋਰਿੰਗ ਮਟੀਰੀਅਲ ਚੋਂ ਕਸਟਮ ਸਟੇਅਰਜ਼ ਵੀ ਬਣਵਾ ਸਕਦੇ ਹੋ ਤੁਹਾਡੇ ਫਲੋਰਿੰਗ ਪ੍ਰੋਜੈਕਟ ਦਾ ਬਜਟ ਫ੍ਰੈਂਡਲੀ ਸਟੋਰ ਸਰੀ ਵਿੱਚ 76 ਤੇ 134 ਤੇ ਕਾਲ 7788581701 DK Floors ਤੇ ਪੰਜਾਬ ਇੰਸ਼ੋਰੈਂਸ ਵੀ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪான்ਸਰ ਕਰ ਰਹੇ ਨੇ ਪੰਜਾਬ ਇੰਸ਼ੋਰੈਂਸ ਲੈ ਕੇ ਆਏ ਨੇ 3 ਮੰਥ ਐਜੂਕੇਸ਼ਨ ਅਵੇਅਰਨੈਸ ਪ੍ਰੋਗਰਾਮ ਤੁਹਾਡੇ ਬੱਚਿਆਂ ਲਈ ਇੱਕ 골ਡਨ ਓਪਰਚ्युनिटी ਹੈ ਇਸ ਪਲਾਨ ਵਿੱਚ ਲਓ ਅਪ ਟੂ 15% ਐਡੀਸ਼ਨਲ ਗੈਰੰਟੀਡ ਬੋਨਸ ਜੋ ਕਿ 7500 ਡਾਲ ਨਾ ਕਿਉਂਕਿ 26 ਮਈ ਨੂੰ ਪਲਾਨ ਪਰਮਨੈਂਟਲੀ ਬੰਦ ਹੋ ਰਿਹਾ ਸੰਦੀਪ ahuja ਜਾਂ ਰਸ਼ਮੀ ahuja ਨੂੰ ਪੰਜਾਬ ਇੰਸ਼ੋਰੈਂਸ ਤੇ ਕਾਲ ਕਰੋ 6046031313604603 1313 ਪੰਜਾਬ ਇੰਸ਼ੋਰੈਂਸ ਬਸ ਜਿੱਕ ਛੋਟੀ ਜਿਹੀ ਬ੍ਰੇਕ ਲਈਏ ਉਸ ਤੋਂ ਬਾਅਦ ਵਾਪਸੀ ਕਰਕੇ ਕੁਝ ਹੋਰ ਗੱਲਾਂ ਬਾਤਾਂ ਸੰਨੀਆਂ ਕਰਦੇ ਹਾਂ ਸੁਣਦੇ ਰਹੋ ਕਨੈਕਟ ਐਫ ਐਮ ਤੇ ਸਵੇਰ ਵਾਲਾ ਸ਼ੋਅ ਕਨੈਕਟ ਐਫ ਐਮ 91.5 ਅਸਲੀ ਰੇਡੀਓ ਹਾਂਜੀ ਕਿੱਥੇ ਹੋ ਕੰਮ ਤੇ ਮੇਰੀ ਗੱਡੀ ਦਾ ਨਾ 132 ਸਟਰੀਟ ਤੇ 78 ਐਵੇਨਿਊ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਦੇਖ ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ ਠੀਕ ਹੈ ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਹੈ ਨਾ ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ ਬਲੈਕ ਐਂਡ ਵਾਈਟ ਆਟੋ ਬੋਡੀ ICBC ਅਕ੍ਰੈਡੀਟਡ ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ 132 ਅਤੇ 78 ਐਵੇਨਿਊ ਸਰੀ 6045030988 ਬਡੀ ਓਹੋ ਆ ਦੇਖ ਵੀਰੇ ਹੈਲਥ ਕੇਅਰ ਅਸਿਸਟੈਂਟ ਪ੍ਰੋਗਰਾਮ ਲਈ ਕਾਲਜਿਸ ਦੀ ਕਾਸਟ ਅਨਫੋਰਡੇਬਲ ਹੈ 12000 ਡਾਲਰ ਤੋਂ 1500 ਡਾਲਰ ਓ ਲੈ ਭਾਈ ਇੰਨੇ ਖਰਚੇ ਵਿੱਚ ਤਾਂ ਤੂੰ ਤੇ ਤੇਰੀ ਵਾਈਫ ਦੋਵੇਂ ਇਹ ਪ੍ਰੋਗਰਾਮ ਕਰ ਸਕਦੇ ਹੋ ਵੈਸਟਰਨ ਕਮਿਊਨਿਟੀ ਕਾਲਜ ਤੋਂ ਸਿਰਫ ਬਾਰਸ ਆਫ 50 ਡਾਲਰ ਨੋ ਐਡੀਸ਼ਨਲ ਕਾਸਟ ਅਤੇ ਕਈ ਹੋਰ ਸਰਟੀਫਿਕੇਟ ਵੀ ਬਿਲਕੁਲ ਫ੍ਰੀ ਵੈਸਟਰਨ ਕਮਿਊਨਿਟੀ ਕਾਲਜ ਤੋਂ ਕੱਟ ਫੀਸ ਅਤੇ ਵਧੀਆ ਪੇ ਵਾਲੇ ਪ੍ਰੋਗਰਾਮਸ ਬਾਰੇ ਪਤਾ ਕਰੋ ਈਜ਼ੀ ਮੰਥਲੀ ਪੇਮੈਂਟ ਅਤੇ ਸਟੂਡੈਂਟ ਲੋਨ ਵੀ ਅਵੇਲੇਬਲ ਨੇ ਕਾਲ 6045943500 ਸਰੀ ਜਾਂ ਫਿਰ ਕਾਲ 6047761301 Abbotsford BC Realtors and Developers Radio Ontario Alberta ate India di success to baat SaveMax Realty da office Surrey vich vi khulna ja rha hai judo realty naal jo kar chukke ne billions of dollars da business tuhannu milange sign deal today get paid today varge offers ate admin support naal paper work banega bilkul asaan on 8 April SaveMax Pacific Coast Realty day office di grand opening te 76th Avenue and 128th Street Surrey near Gateway Plaza visit SaveMax www.sbimax.com or call 7782120671 ਹੁਣ <laughs> ਉਹ ਗੱਲ ਨਹੀਂ ਰਹੀ ਸਾਡੇ ਵਿੱਚ ਉਹ ਪਹਿਲਾਂ ਵਾਲਾ ਪਿਆਰ ਨਹੀਂ ਰਿਹਾ ਤੁਹਾਡੇ ਤੇ ਤੁਹਾਡੀ ਗੱਡੀ ਵਿੱਚ ਪਿਆਰ ਖਤਮ ਹੋ ਗਿਆ ਹੈ ਤਾਂ ਉਸ ਨੂੰ ਬਸੰਤ ਮੋਟਰਸ ਲੈ ਆਓ ਤੇ ਮਾਰਕੀਟ ਵਿੱਚੋਂ ਸਭ ਤੋਂ ਜ਼ਿਆਦਾ ਟ੍ਰੇਡ-ਇਨ ਵੈਲਿਊ ਲੈ ਜਾਓ ਬਸੰਤ ਮੋਟਰਸ ਦੀ ਲਾਰਜੈਸਟ ਇਨਵੈਂਟਰੀ ਵਿੱਚੋਂ ਉਹ ਗੱਡੀ ਚੁਣੋ ਜਿਸ ਨਾਲ ਤੁਹਾਨੂੰ ਪਿਆਰ ਹੋ ਜਾਵੇ ਫਾਈਨਾਂਸਿੰਗ ਅਵੇਲੇਬਲ ਜੇ ਆਪਣੀ ਗੱਡੀ ਨਾਲ ਮੁਹੱਬਤ ਖਤਮ ਹੋ ਗਈ ਹੈ ਤਾਂ ਆਓ ਬਸੰਤ ਮੋਟਰਸ ਟ੍ਰੇਡ-ਇਨ ਕਰੋ ਅਤੇ ਨਵੀਂ ਪਿਆਰੀ ਗੱਡੀ ਲੈ ਜਾਓ ਬਸੰਤ ਮੋਟਰਸ अपना जीवन एक बेहतर रात पाओ इस वीकेंड ऑर्गेनिक वेयर हाउस आओ टेस्ट करो ऑर्गेनिक वेयर से फ्रेश हेल्थी जूसेस और स्मूदीज ऑर्गेनिक पगली पोटैटो सिर्फ उनासी सेंट पर पाउंड नाल ही लो हेल्थ प्रोडक्ट्स जिम्मे की आयरन आयरन फैटी लीवर प्रोडक्ट्स ऐसी टेन परसेंट का डिस्काउंट ए शनिवार अठ अप्रैल नो तो पांच बजे कनेक्ट एफ एम ऑन लोकेशन होगा ऑर्गेनिक वेयर हाउस ऐसी लकी कस्टमर जित सकते हैं गिफ्ट बास्केट विजिट सेवन जीरो नाइन थ्री किंग जॉर्ज Connect FM 91.5 asli radio Connect FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਵਸੂਜੀ ਕਵਿਕਲੀ ਗੱਲ ਕਰ ਲਈਏ BC ਦੇ ਵਿੱਚ ਮਿਨੀਮਮ ਵੇਜ ਵਿੱਚ ਵਾਧਾ ਕੱਲ ਅਨਾਉਂਸ ਕਰ ਦਿੱਤਾ ਗਿਆ ਲਾਗੂ ਹੋਊ ਪਹਿਲੀ ਜੂਨ ਤੋਂ ਤੇ ਇਨਫਲੇਸ਼ਨ ਦੀ ਦਰ ਜਿਹੜੀ ਸੂਬੇ ਦੇ ਵਿੱਚ ਇਨਫਲੇਸ਼ਨ ਦੀ ਦਰ ਰਹੀ ਪਿਛਲੇ ਸਾਲ ਉਹਦੇ ਮੁਤਾਬਕ ਵੇਜ ਦੇ ਵਿੱਚ ਵਾਧਾ ਕੀਤਾ ਗਿਆ 6.9% ਦਾ ਇਜ਼ਾਫਾ ਹੋਏਗਾ ਤੇ so, 1 ਜੂਨ ਤੋਂ ਮਿਨਿਮਮ ਵੇਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਧ ਕੇ 16 ਡਾਲਰ 75 ਸੈਂਟ ਪਰ ਆਵਰ ਹੋ ਜਾਏਗੀ ਸੋ 1 ਡਾਲਰ 10 ਸੈਂਟ ਦਾ ਇਜ਼ਾਫਾ ਹੋ ਰਿਹਾ ਤੇ ਵਿਜੇ ਜੀ ਬਾਕੀ ਜੂਰਿਸਡਿਕਸ਼ਨਸ ਦੇ ਵਿੱਚ ਵੀ ਅਸੀਂ ਦੇਖਿਆ ਕਿ ਸਿਮਿਲਰ ਟ੍ਰੈਂਡੀ ਫਾਲੋ ਕੀਤਾ ਗਿਆ ਫੈਡਰਲ ਸਰਕਾਰ ਨੇ ਵੀ ਉਧਰ অন্ਟੈਰੀਓ ਨੇ ਵੀ 인ਫਲੇਸ਼ਨ ਮੁਤਾਬਕ ਹੀ ਮਿਨਿਮਮ ਵੇਜ ਵਿੱਚ ਵਾਧਾ ਕੀਤਾ ਤੇ ਇੱਥੇ ਆਪਣੇ BC ਵਿੱਚ ਵੀ ਬਾਇਨ ਲਾਰਜ ਐਕਸਪੈਕਟਿਡ ਹੀ ਸੀ ਕਿ ਸੂਬਾ ਸਰਕਾਰ ਵੀ ਇਦਾਂ ਦਾ ਫੈਸਲਾ ਕਰੇਗੀ ਤੇ ਕੱਲ ਲੇਬਰ ਮਿਨਿਸਟਰ ਹੈਰੀ ਬੈਂਸ ਨੇ ਅਨਾਉਂਸ ਕਰਤਾ ਤੇ ਕਿ ਇਸੇ ਤਰ੍ਹਾਂ ਵਾਧਾ ਹੋਣਾ ਤੇ ਇਹਦੇ ਨਾਲ ਆਲਥੋ ਕੁਝ ਬਿਜ਼ਨ फैसले दा مخالਫਤ ਕਰੀ ਸੀ ਫੈਸਲੇ ਦੀ مخالਫਤ ਕਰ ਰਹੀਆਂ ਸਨ ਤੇ ਉਹਨਾਂ ਦਾ ਕਹਿਣਾ ਸੀ ਵੀ ਇਸ ਵਾਰ ਇਨਫਲੇਸ਼ਨ ਮੁਤਾਬਕ ਵਾਅਦਾ ਨਾ ਕਰਕੇ ਤੇ 3% ਵਾਧਾ ਕਰ ਦਿਓ ਕਿਉਂਕਿ ਆਲਰੇਡੀ ਕੋਸਟ ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ ਇਹਦੇ ਨਾਲ ਇਨਫਲੇਸ਼ਨ ਹੋਰ ਜ਼ਿਆਦਾ ਫੀਡ ਹੋ ਸਕਦੀ ਹੈ ਉਹਦੇ ਵਿੱਚ ਹੋਰ ਵਾਧਾ ਹੋ ਸਕਦਾ ਪਰ ਕਿਉਂਕਿ ਬਾਕੀ ਜੂਰਿਸਡਿਕਸ਼ਨਸ ਨੇ ਉਹ ਇੱਕ ਪ੍ਰੈਸੀਡੈਂਟ ਸੈੱਟ ਕਰਤਾ ਤੇ ਮੈਨੂੰ ਲੱਗਦਾ ਸੂਬਾ ਸਰਕਾਰ ਲਈ ਬੜਾ ਸੌਖਾ ਫੈਸਲਾ ਸੀ ਕਿ ਇਨਫਲੇਸ਼ਨ ਮੁਤਾਬਕ 6.9% ਵਾਧਾ ਕਰ ਦਿੱਤਾ ਜਾਵੇ ਮਿਨੀਮਮ ਵੇਜ ਵੇਜ ਪਹਿਲੀ ਜੂਨ ਤੋਂ ਲਾਗੂ ਹੋਏਗਾ ਪਹਿਲੀ ਜੂਨ ਤੋਂ ਲਾਗੂ ਹੋਏਗਾ 1.5 ਲੱਖ ਵਰਕਰਸ ਰਫਲੀ bc ਦੇ ਵਿੱਚ ਦੇ ਨਾਲ ਇੰਪੈਕਟ ਹੋਣਗੇ ਤੇ ਜੋ ਮਿਨਿਸਟਰੀ ਆਫ ਲੇਬਰ ਮੁਤਾਬਕ ਉਹਨਾਂ ਦੇ ਵਿੱਚੋਂ 58% ਫੀਮੇਲ ਵਰਕਰਸ ਨੇ ਜਿਨ੍ਹਾਂ ਨੂੰ ਇਸ ਵੇਜ ਦੇ ਵਿੱਚ ਵਾਧੇ ਨਾਲ ਬੈਨੀਫਿਟ ਹੋਣਾ 21% ਯੂਥ 15 ਤੋਂ 19 ਸਾਲ ਵਾਲੇ ਕਾਮੇ ਨੇ ਵਸੋ ਜੀ ਕੁਝ ਮਿੰਟਾਂ ਤੱਕ ਸਾਡੇ ਨਾਲ ਸਾਡੇ ਸੂਬੇ ਦੇ ਮਿਨਿਸਟਰ ਆਫ ਲੇਬਰ ਹੈਰੀ ਬੈਂਚ ਸ਼ਾਮਲ ਵੀ ਹੋ ਰਹੇ ਨੇ ਇਸੇ ਬਾਰੇ ਗੱਲਬਾਤ ਕਰਨ ਲਈ ਸੋਨਨ ਨਾਲੇ ਹੋਰ ਵੇਰਵੇ ਸੰਜੇ ਕਰਾਂਗੇ ਆ ਕੁਇਕਲੀ ਗੱਲ ਕਰੀ ਜੇ ਵੇਜਿਸ ਦੀ ਗੱਲ ਹੀ ਹੋ ਰਹੀ ਆ ਵੈਸੇ ਤੇ ਇੱਕ ਖਾਸੀ ਵਿਸਥਾਰਤ ਖਬਰ ਹੈ ਪਰ ਲੌਬਲੌਸ ਦੇ ਸੀਈਓ ਗਿਲਨ ਵੈਸਟਰਨ ਉਹਨਾਂ ਦੀ ਤਨਖਾਹ ਦੇ ਵਿੱਚ ਕਹਿੰਦੇ ਪਿਛਲੇ ਸਾਲ 55% ਵਾਧਾ ਹੋਇਆ ਉVIDEO ਦੀ ਉਹਦੇ ਵਿੱਚ ਦੇਖੋ ਜਿਹੜੀ ਤੁਸੀਂ ਗੱਲ ਜਿੱਥੋਂ ਇੰਟਰੋ ਕੀਤੀ ਹੈ ਉਹਦੇ ਚ ਹੀ ਉਹਦਾ ਆਨਸਰ ਹੈ ਹਾਂ ਉਹਨਾਂ ਦਾ ਹੁਣ ਜਿਹੜਾ ਟਾਈਟਲ ਹੈ ਉਹ ਪ੍ਰੈਜ਼ੀਡੈਂਟ ਐਂਡ ਚੇਅਰਮੈਨ ਹੈ ਜੀ ਤੇ ਉਹ ਕਹਿੰਦੇ ਟਾਈਟਲ ਰੀਸੈਂਟਲੀ ਉਹਨਾਂ ਦਾ ਚੇਂਜ ਹੋਇਆ ਤੇ ਟਾਈਟਲ ਚੇਂਜ ਹੋਇਆ ਉਹਨਾਂ ਦੀ ਜ਼ਿੰਮੇਵਾਰੀ ਵਧੀ ਹੈ ਪਹਿਲਾਂ ਕਹਿੰਦੇ ਉਹ ਐਗਜ਼ੀਕਟਿਵ ਚੇਅਰਮੈਨ ਸਗੇ ਤੇ ਹੁਣ ਉਹ ਉਹ ਪ੍ਰੈਜ਼ੀਡੈਂਟ ਤੇ ਚੇਅਰਮੈਨ ਬਣ ਗਏ ਨੇ ਫੁੱਲ ਟਾਈਮ ਕਹਿੰਦੇ ਹੁਣ ਲਾ ਬਲੌਜ਼ ਦੇ ਉੱਤੇ ਫੋਕਸ ਕਰ ਰਹੇ ਨੇ ਇਸ ਕਰਕੇ ਉਹਨਾਂ ਨੇ ਕਹਿੰਦੇ ਆਪਣੀ ਦੇਖੋ ਇਹਨਾਂ ਦੀ ਕੰਪਨੀ ਹੀ ਕੰਟਰੋਲ ਕਰਦੀ ਹੈ ਇਹਨਾਂ ਦੀ ਫੈਮਿਲੀ ਕੰ ਇਹ ਹੈ ਕਿ ਲੋਬਲੋਸ ਦੇ ਨਾਲ-ਨਾਲ ਜਿਹੜੀ ਉਹਨਾਂ ਦੀ ਹੋਲਡਿੰਗ ਕੰਪਨੀ ਹੈ ਜੋਰਜ ਵੈਸਟਰਨ ਲਿਮਿਟਿਡ ਉਹਦੇ ਵੀ ਇਹ ਚੇਅਰਮੈਨ ਐਂਡ ਸੀਈਓ ਨੇ ਤੇ ਉਹ ਦੋਨੋਂ ਕੰਪਨੀਆਂ ਤੋਂ ਇਹਨਾਂ ਨੂੰ ਕੰਪਨਸੇਸ਼ਨ ਮਿਲਦੀ ਹੈ ਤੇ ਉਹ ਫਾਰਮੂਲਾ ਇਸ ਤਰ੍ਹਾਂ ਬਿਠਾਇਆ ਗਿਆ ਕਿ ਜਿੰਨੀ ਟੋਟਲ ਕੰਪਨਸੇਸ਼ਨ ਹੋਏਗੀ ਉਹਦਾ 70% ਲੋਬਲੋਸ ਵੱਲੋਂ ਆਏਗਾ 30% ਜੋਰਜ ਵੈਸਟਰਨ ਲਿਮਿਟਿਡ ਵੱਲੋਂ ਆਏਗਾ ਤੇ ਉਹ ਇਸ ਕਰਕੇ ਲੋਬਲੋਸ ਵੱਲੋਂ ਜਿਹੜੀ ਕੰਪਨਸੇਸ਼ਨ ਮਿਲੀ ਹੈ ਉਹ ਜ਼ਿਆਦਾ ਲੱਗਦੀ ਹੈ ਪਰ ਜੇ ਤੁਸੀਂ ਬਾਕੀ ਜਿਹੜੀਆਂ ਗ੍ਰੋਸਰੀ ਚੇਨਸ ਨੇ ਉਹਨਾਂ ਦੇ ਪ੍ਰੈਜ਼ੀਡੈਂਟਸ ਤੇ ਚੇਅਰਪਰਸਨਸ ਦੀ ਜੇ ਤੁਸੀਂ ਕੰਪ ਜਿਹੜੇ ਐਮਪਾਇਰ ਫੂਡਸ ਵਾਲੇ ਸੀਈਓ ਨੇ ਉਹਨਾਂ ਦੀ ਕੰਪਨਸੇਸ਼ਨ ਗਿਲਨ ਵੈਸਟਰਨ ਤੋਂ ਵੀ ਜ਼ਿਆਦਾ ਹੈ ਅੱਜ ਹੁਣ ਇਸ਼ੂ ਇਹ ਹੋ ਗਿਆ ਨਾ ਕਿ ਜਿੰਨੇ ਹੁਣ ਗਰੋਸਰੀ ਪ੍ਰਾਈਸਿਸ ਦੇ ਵਿੱਚ ਵਾਧਾ ਹੋਇਆ ਪਿਆ ਉਸ ਚੀਜ਼ ਨੂੰ ਲੈ ਕੇ ਪੋਲਿਟੀਕਲੀ ਵੀ ਕੋਈ ਇੱਕ ਬਲੀ ਦਾ ਬੱਕਰਾ ਚਾਹੀਦਾ ਅੱਛਾ ਆਫ ਕੌਰਸ ਲਾਬਲੋਸ ਦੇ ਖਿਲਾਫ ਇੱਕ ਗੱਲ ਇਹ ਜ਼ਰੂਰ ਜਾਂਦੀ ਹੈ ਕਿ ਜਦੋਂ ਕੰਪਨੀ ਇੰਨੇ ਵੱਡੇ ਮੁਨਾਫੇ ਕਮਾ ਰਹੀ ਸੀ ਜਗਮੀਤ ਸਿੰਘ बार-बार ਇਸ ਗੱਲ ਨੂੰ ਹਾਈਲਾਈਟ ਕਰਦੇ ਰਹੇ ਡੂਰਿੰਗ ਦਾ ਪੈਂਡੈਮਿਕ ਕਿ ਫਰੀਜ਼ਰ ਲਗਾਉਣ ਦੇ ਵਾਸਤੇ ਇਹਨਾਂ ਨੇ ਫੈਡਰਲ ਸਰਕਾਰ ਤੋਂ ਗ੍ਰਾਂਟ ਲੈ ਲਈ ਪੈਸੇ ਲੈ ਲਏ ਹੁਣ ਜਗਮੀਤ ਸਿੰਘ ਤੁਸੀਂ ਇੱਕ ਤਰ੍ਹਾਂ ਇਹ ਰਹਾ ਲੋ ਵੀ ਗੇਲਨ ਵੈਸਟਰਨ ਦੇ ਮਗਰ ਹੱਤੋਂ ਕੇ ਪਏ ਹੋਏ ਨੇ ਪਟੀਸ਼ਨ ਸ਼ੁਰੂ ਕੀਤੀ ਉਹਨਾਂ ਨੇ ਇੱਕ ਕੱਲ ਈਮੇਲ ਆਈ ਉਹਨਾਂ ਦੀ ਕਹਿੰਦੇ ਆਈ ਐਮ ਸਿਕ ਆਫ ਥਿਸ ਆਈ ਐਮ ਸਿਕ ਆਫ ਥਿਸ ਹਾਂ ਉਹਨਾਂ ਟਵੀਟ ਵਗੈਰਾ ਕਰਕੇ ਹਾਂ ਪਟੀਸ਼ਨ ਵਗੈਰਾ ਵੀ ਕੀਤੀ ਹੋਈ ਹੈ ਸ਼ੁਰੂ ਆ ਕਿਉਂਕਿ ਇਸ ਵੇਲੇ ਇੱਕ ਤਾਂ ਹੁੰਦਾ ਵਸ ਜਦੋਂ ਕੋਈ ਵਧੀਆ ਕੰਮ ਹੁੰਦਾ ਉਹਦਾ ਤੁਹਾਨੂੰ ਇੱਕ ਪੋਸਟਰ ਚਾਈਲਡ ਚਾਹੀਦਾ ਹੁੰਦਾ ਵੀ ਦੇਖੋ ਇਸ ਵਿਅਕਤੀ ਦੇ ਸਿਰ ਸੇਰਾ ਚੰਗੇ ਕੰਮ ਦਾ ਸੇਰਾ ਬਣਨਾ ਕਿਸੇ ਸਿਰ ਤੇ ਜਦੋਂ ਕੁਝ ਮਾੜਾ ਹੋ ਰਿਹਾ ਕਿਸੇ ਦੇ ਸਿਰ ਤੇ ਗਾਜ ਸਟਣੀ ਆ ਤੇ ਇੱਕ ਜਿਹੜਾ ਬਲੀ ਦਾ ਬੱਕਰਾ ਲੱਗਦਾ ਇਹ ਹੈ ਵੀ ਜਿੰਨੇ ਵੀ ਇਹ ਵੱਖੋ ਵੱਖਰੇ ਸੀਈਓਜ਼ ਨੇ ਗ੍ਰੋਸਰੀ ਚੇਨਜ਼ ਦੇ ਉਹਨਾਂ ਦੇ ਵਿੱਚੋਂ ਲੋਬਲੋਜ਼ ਵਾਲੇ ਜਿਹੜੇ ਸੀਈਓ ਤੇ ਚੇਅਰਮੈਨ ਗਿਲਨ ਵੈਸਟਰਨ ਇਹਨਾਂ ਨੂੰ ਸਭ ਤੋਂ ਜ਼ਿਆਦਾ ਇਹਨਾਂ ਤੇ ਨਿਸ਼ਾਨਾ ਸਾਧਿਆ ਜਾਂਦਾ ਆ ਸੋ ਇਕ ਵਾਰ ਫੇਰ ਤੋਂ ਹੋ ਰਿਹਾ ਮੈਟਰੋ ਦੇ ਪ੍ਰਧਾਨ 5.3 ਮਿਲੀਅਨ ਡਾਲਰ ਲੈਂਦੇ ਨੇ ਤੇ ਐਮਪਾਇਰ ਫੂਡਸ ਦੇ 8.6 ਮਿਲੀਅਨ ਸੋ ਬਾਕੀ ਵੀ ਪੈਸੇ ਲੈ ਹੀ ਰਹੇ ਨੇ ਇਹ ਇਹਦੇ ਵਿੱਚ ਯੈਸ ਯੂ ਆਰ ਐਬਸੋਲੂਟਲੀ ਰਾਈਟ ਕਿ ਪੋਲਿਟਿਕਸ ਜ਼ਿਆਦਾ ਇਨਵੋਲਡ ਹੈ ਕਿਉਂਕਿ ਐਗਰੀਕਲਚਰ ਕਮੇਟੀ ਦੇ ਸਾਹਮਣੇ ਵੀ ਇਹਨਾਂ ਦੀ ਰੀਸੈਂਟਲੀ ਹਿਅਰਿੰਗਸ ਹੋਈਆਂ ਸੀ ਤੇ ਉਹਨੂੰ ਵੀ ਗੈਰਨ ਵੈਸਟਰਨ ਨੇ ਲੀਡ ਕੀਤਾ ਸੀ ਤੇ ਉਹਨਾਂ ਟੋਟਲੀ ਡਿਨਾਈ ਕੀਤਾ ਸੀ ਕਿ ਅਸੀਂ ਇਨਫਲੇਸ਼ਨ ਨੂੰ ਫੀਡ ਨਹੀਂ ਕਰ ਰਹੇ ਅਬ ਇਹ ਸਭ ਮਹਿੰਗਾਈ ਸਾਡੇ ਕਰਕੇ ਨਹੀਂ ਗ੍ਰੀਡ ਇਨਫਲੇਸ਼ਨ ਨਹੀਂ ਹੈ ਕੋਸਟ ਵਧੀਆਂ ਨੇ ਉਹ ਕਹਿੰਦੇ ਵੀ ਤੁਸੀਂ ਆਪ ਹੀ ਦੇਖੋ ਆਪਣੀ ਕ ਬਾਰੇ ਆਈ ਐਮ ਸ਼ੋਰ ਕਿ ਵਰਲਡ ਇਜ਼ ਡਿਵਾਈਡਡ ਕੁਝ ਲੋਕ ਕਹਿਣਗੇ ਵੀ ਕਿਸੇ ਦੀ ਵੱਧ ਤਨਖਾਹ ਨੂੰ ਦੇਖ ਕੇ ਸੜਨਾ ਨਹੀਂ ਚਾਹੀਦਾ ਵੀ ਉਹ ਡਿਜ਼ਰਵ ਕਰਦੇ ਹੋਣਗੇ ਉਹ ਮਿਹਨਤ ਕਰਦੇ ਨੇ ਉਸ ਕਾਬਲ ਨੇ ਤੇ ਇਸ ਕਰਕੇ ਉਹਨਾਂ ਨੂੰ ਕੰਪਨਸੇਸ਼ਨ ਮਿਲਦੀ ਹੈ ਪਰ ਦੂਜੇ ਪਾਸੇ ਯੈਸ ਉਹ ਜਿਹੜਾ ਇੱਕ ਜਨਰਲ ਸੈਂਟੀਮੈਂਟ ਹੈਗਾ ਕਿ ਜਦੋਂ ਗ੍ਰੋਸਰੀ ਕੀਮਤਾਂ ਇੰਨੀਆਂ ਵੱਧ ਚੁੱਕੀਆਂ ਨੇ ਤੇ ਗ੍ਰੋਸਰੀ ਦੀਆਂ ਕੀਮਤਾਂ ਲੋਕਾਂ ਕੋਲ ਗ੍ਰੋਸਰੀ ਖਰੀਦਣ ਵਾਸਤੇ ਪੈਸੇ ਨਹੀਂ ਹੈਗੇ ਤੇ ਇਹ ਲੋਕ ਆਪਣੀ ਕੰਪਨਸੇਸ਼ਨ ਵਧਾ ਰਹੇ ਨੇ ਇਸ ਕਰਕੇ ਬਹੁਤਾ ਪਪੂਲਰ ਨਹੀਂ ਹੈ ਖਬਰ ਜਿਹੜੀ ਇਸ ਕਰਕੇ ਹੈਡਲਾਈਨਸ ਬਣਦੀਆਂ ਨੇ ਇਸ ਕਰਕੇ ਹੈਡਲਾਈਨ ਬਣਦੀ ਹੈ ਬਿਲਕੁਲ ਸਹੀ ਗੱਲ ਆ ਵਾਸਤੇ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਥੈਂ ਤੁਸੀਂ ਸੁਣ ਰਹੇ ਹੋ ਕਨੈਕਟ ਐਫਐਮ ਤੇ ਸਵੇਰ ਵਾਲਾ ਸ਼ੋਅ ਤੇ